ਤੁਸੀਂ ਦੇਖ ਰਹੇ ਹੋ ਪਲੱਸ ਟੀਵੀ। ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਦਾ ਐਸਟ੍ਰੋਲੋਜੀ ਸ਼ੋ। ਸਾਡੇ ਨਾਲ ਨੇ ਸਤਿੰਦਰ ਜੀ। ਸਤਿੰਦਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਸੋ ਅੱਜ ਆਪਾਂ ਗੱਲ ਕਰਾਂਗੇ ਕਰੀਅਰਸ ਬਾਰੇ ਕਿ ਕਿਹੜੇ ਗ੍ਰਹਿ ਨੇ ਜਿਹੜੇ ਤੁਹਾਨੂੰ ਬੈਸਟ ਕਰੀਅਰਸ ਦੇ ਸਕਦੇ ਨੇ। ਸੋ ਇੱਕ ਵਾਰ ਜਦੋਂ ਪੜ੍ਹਾਈ ਖਤਮ ਹੋ ਜਾਂਦੀ ਹੈ, ਬੱਚੇ ਦੀ ਸਟੱਡੀ ਪੂਰੀ ਹੋ ਜਾਂਦੀ ਹੈ, ਤਾਂ ਉਸ ਤੋਂ ਬਾਅਦ ਬੱਚਾ ਸੋਚਣਾ ਸ਼ੁਰੂ ਕਰਦਾ ਕਿ ਕਿਹੜੀ ਪੈਥ 'ਤੇ ਜਾਇਆ ਜਾਵੇ, ਕਿਹੜੇ ਰਾਹ ਜਾਇਆ ਜਾਵੇ, ਆਪਣੇ ਕਰੀਅਰ ਨੂੰ ਕਿੱਧਰ ਨੂੰ ਲੈ ਕੇ ਜਾਇਆ ਜਾਵੇ। ਸੋ ਸਤਿੰਦਰ ਜੀ, ਦੱਸੋ ਕਿ ਕਿਹੜੇ ਕਰੀਅਰ ਕਿਹਦੇ ਵਾਸਤੇ ਬੈਸਟ ਹੁੰਦੇ ਨੇ, ਇਹਦੇ ਵਿੱਚ ਹੋਰੋਸਕੋਪ ਕੀ ਰੋਲ ਪਲੇ ਕਰਦੇ? ਦੇਖੋ, ਜਦੋਂ ਆਪਾਂ ਕਰੀਅਰ ਦੇ ਲਈ ਦੇਖਿਆ ਜਾਂਦਾ ਹੋਰੋਸਕੋਪ ਨੂੰ, ਇਹਨੂੰ ਨਾ ਦੋ ਤਿੰਨ ਸੈਕਸ਼ਨਸ ਨੇ ਜਿਹੜੇ ਪਹਿਲਾਂ ਦੇਖਣ ਦੇ ਲਈ ਹੁੰਦੇ ਆ। ਇੱਕ ਤਾਂ ਹੁੰਦਾ ਸਿਗਨੀਫਿਕੇਸ਼ਨ, ਦੇਖੀਦੇ ਸਿਗਨੀਫਿਕੇਟਰ ਪਲੈਨਟਸ ਕਿਹਾ ਜਾਂਦਾ ਵਾ। ਇੱਕ ਫਸਟ ਸਿਗਨੀਫਿਕੇਟਰ ਕਹਿੰਦਾ ਵਾ ਸ਼ਨੀ ਕਿਹਾ ਜਾਂਦਾ, ਸੈਟਰਨ ਦੇਖਿਆ ਜਾਂਦਾ। ਸੈਟਰਨ ਨੂੰ ਸਿਗਨੀਫਿਕੇਟਰ ਮੰਨਿਆ ਜਾਂਦਾ ਸਾਡੇ ਕਰੀਅਰ ਦਾ, ਕਿ ਇਨਸਾਨ ਨੇ ਕਿਹੜਾ ਕਰੀਅਰ ਕਿੰਨੀ ਕਾਮਯਾਬੀ ਨਾਲ ਕਰੂਗਾ ਜਾਂ ਉਹਦਾ ਕਰੀਅਰ ਕਿੰਨੀ ਕਾਮਯਾਬੀ 'ਤੇ ਜਾਏਗਾ। ਦਿਸ ਇਜ਼ ਅ ਫਸਟ ਥਿੰਗ। ਸੈਕਿੰਡ ਹੁੰਦਾ ਮਰਕਰੀ। ਮਰਕਰੀ ਨੂੰ ਬਿਜ਼ਨਸ ਦਾ ਮੰਨਿਆ ਜਾਂਦਾ, ਕਿ ਜਿਹੜਾ ਵੀ ਬੰਦਾ ਬਿਜ਼ਨਸ ਕਰ ਰਿਹਾ ਉਹਦਾ ਬਿਜ਼ਨਸ ਕਿੰਨੀ ਵਧੀਆ ਤਰ੍ਹਾਂ ਚੱਲੂਗਾ ਜਾਂ ਕਿੰਨੇ ਨਹੀਂ ਵਧੀਆ ਤਰੀਕੇ ਨਾਲ ਚੱਲਣਾ। ਸੈਟਰਨ ਦੇ ਵਿੱਚ ਜੋਬਸ ਵੀ ਆ ਜਾਂਦੀਆਂ, ਕਿ ਜੋਬ ਕਿੰਨੀ ਵਧੀਆ ਤਰ੍ਹਾਂ ਕਰੂਗਾ, ਸਰਵਿਸਿਜ਼ ਕਿੰਨੀ ਤਰੀਕੇ ਨਾਲ ਕਰੂਗਾ। ਇਹ ਹੈਗਾ ਸਾਡੇ ਸਿਗਨੀਫਿਕੇਟਰ ਪਲੈਨਟਸ, ਇਹ ਸਾਰਿਆਂ ਨੂੰ ਰੂਲ ਕਰਦੇ ਨੇ। ਜਿਹੜਾ ਸੈਕਿੰਡ ਜਿਹੜੀ ਸੈਕਸ਼ਨ ਆਉਂਦਾ, ਦੈਟ ਇਜ਼ ਦੈਟ ਕਮਸ ਟੂ ਦਾ ਹਾਊਸਿਸ, ਜਿਹੜੇ ਸਾਡੇ ਐਸਟ੍ਰੋਲੋਜੀ ਦੇ ਹਾਊਸਿਸ ਬਣੇ ਆ, ਜਿੱਦਾਂ 1, 2, 3, 4, 12 ਹਾਊਸਿਸ ਜਿਹੜੇ ਬਣੇ ਆ। ਹਰੇਕ ਹਾਊਸ ਦੀ ਆਪੋ ਆਪਣੀ ਸਿਗਨੀਫਿਕੇਸ਼ਨ ਆਉਂਦੀ ਹੈ ਇੱਥੇ, ਜਿਹੜੀ ਪਲੇ ਕਰਦੀ ਆ। ਹੁਣ ਜਦੋਂ ਆਪਾਂ ਕਰੀਅਰ ਦੀ ਗੱਲ ਕਰਦੇ ਹਾਂ, ਕਰੀਅਰ ਦੇ ਵਿੱਚ ਹੁਣ ਜਿਹੜਾ 10th ਹਾਊਸ ਆ, 10th ਹਾਊਸ ਇਜ਼ ਯੂਰ ਕਰੀਅਰ, ਸਾਡਾ ਜਿਹੜਾ 10th ਹਾਊਸ ਮੰਨਿਆ ਜਾਂਦਾ, ਓਵਰਆਲ ਜਿਹੜਾ ਕਰੀਅਰ ਆ ਸਾਡਾ ਕਿਸ ਤਰੀਕੇ ਦਾ ਰਹੇਗਾ, ਜਾਂ ਅਸੀਂ ਕਿਹੜੀ ਚੀਜ਼ 'ਚ ਸਫਲਤਾ ਮਿਲੂਗੀ ਜਾਂ ਕਿੱਦਾਂ ਦਾ ਸਾਨੂੰ ਸਫਲਤਾ ਨਹੀਂ ਮਿਲੂਗੀ, ਉਹ ਇਟ ਆਲ ਕਮਸ ਅਰਾਊਂਡ ਹਾਊਸ ਨੰਬਰ 10। ਅਤੇ ਸੈਕਿੰਡ ਹੁੰਦਾ 6th ਹਾਊਸ ਵੀ ਮੰਨਿਆ ਜਾਂਦਾ। 6th ਹਾਊਸ ਹੁੰਦਾ ਸਰਵਿਸਿਸ ਦੇਣਾ, ਨੌਕਰੀ ਕਿੱਦਾਂ ਦੀ ਚੱਲੂਗੀ, ਤੁਹਾਡੀ ਜੋਬਸ ਕਿੱਦਾਂ ਦੀਆਂ ਰਹਿਣਗੀਆਂ ਤੁਹਾਡੀਆਂ। 11th ਹਾਊਸ ਹੁੰਦਾ ਸਾਡਾ ਗੇਨ, ਕਿ ਅਸੀਂ ਜਿਹੜਾ ਵੀ ਕਰਮ ਕਰਾਂਗੇ, ਜਿੱਦਾਂ 10ਵਾਂ ਘਰ ਜਿਹਨੂੰ ਆਪਾਂ ਕਹਿੰਦੇ ਹਾਂ ਸਾਡਾ ਕਰਮ ਸ਼ੇਤਰ ਮੰਨਿਆ ਜਾਂਦਾ ਵਾ। ਕਰਮ ਮੀਨਸ ਕੋਈ ਵੀ ਕੰਮ ਕਰਦੇ ਹਾਂ ਅਸੀਂ, ਕਿਸੇ ਤਰੀਕੇ ਦਾ ਵੀ ਹੋ ਸਕਦਾ, ਜ਼ਰੂਰੀ ਨਹੀਂ ਕਿ ਅਸੀਂ ਜੋਬ ਕਰਦੇ ਹਾਂ, ਵੈਸੇ ਵੀ ਕੋਈ ਵਾਲੰਟੀਅਰ ਸਰਵਿਸਿਸ ਕਰ ਰਿਹਾ ਹੋਊਗਾ, ਉਹਦਾ ਫਲ ਮਿਲਣਾ ਕਿ ਨਹੀਂ ਮਿਲਣਾ ਅਸਲ ਦੇ ਵਿੱਚ, ਦੈਟ ਵਿਲ ਡਿਸਾਈਡ ਬਾਏ 11th ਹਾਊਸ, 11ਵਾਂ ਘਰ ਡਿਸਾਈਡ ਕਰਦਾ ਉਹ। ਅਤੇ ਸੈਕਿੰਡ ਹਾਊਸ ਦਾ ਪਲੇ ਆਉਂਦਾ ਕਿ ਕਿੰਨਾ ਧਨ ਅਰਜਿਤ ਕਰ ਲਊਗਾ। ਦੇਖੋ, ਤੁਸੀਂ ਕੰਮ ਕਰ ਸਕਦੇ ਹੋ, ਮਿਹਨਤ ਕਰ ਸਕਦੇ ਹੋ, ਪਰ ਤੁਹਾਨੂੰ ਉਹਦੇ ਅਵਜ ਦੇ ਵਿੱਚ ਪੈਸੇ ਕਿੰਨੇ ਰਿਸੀਵ ਹੋ ਰਹੇ ਆ, ਇਹ ਤੁਹਾਡਾ ਸੈਕਿੰਡ ਹਾਊਸ ਦੱਸੂਗਾ। ਕਈ ਵਾਰੀ ਬੰਦੇ ਹੁੰਦੇ ਆ ਮਿਹਨਤ ਘੱਟ ਕਰਦੇ ਆ, ਪੈਸੇ ਵੱਧ ਕਮਾਉਂਦੇ ਆ, ਕਈ ਬੰਦੇ ਮਿਹਨਤ ਬਹੁਤ ਜ਼ਿਆਦਾ ਕਰਦੇ, ਪੈਸੇ ਨਹੀਂ ਉਹਦੇ ਇਕੁਅਲੈਂਟ ਮਿਲ ਰਹੇ ਹੈਗੇ। ਉਹ ਇਹ ਨਹੀਂ ਹੈਗਾ ਕਿ ਉਹ ਬੰਦੇ ਦੀ ਮਿਹਨਤ 'ਚ ਕਮੀ ਆ ਜਾਂ ਉਹਦੇ ਕੰਮ 'ਚ ਕਮੀ ਆ, ਗੱਲ ਸਿਰਫ ਇਹ ਆ ਵੀ ਉਹਦਾ 11th ਹਾਊਸ ਉਹਦਾ ਸਟਰੋਂਗ ਨਹੀਂ ਹੈਗਾ, ਗੇਨ ਨਹੀਂ ਦੇ ਰਿਹਾ, ਇੱਛਾਵਾਂ ਦੀ ਪੂਰਤੀ ਨਹੀਂ ਕਰ ਰਿਹਾ, ਸੈਕਿੰਡ ਹਾਊਸ ਸਟਰੋਂਗ ਨਹੀਂ ਹੈਗਾ, ਉਹ ਫਿਕਸ ਐਸਟ ਨਹੀਂ ਵੱਧ ਰਹੇ ਹੈਗੇ। ਸੋ ਇਹਦਾ ਇਹ ਅਸਲ 'ਚ ਦੋ ਇਹਦੀਆਂ ਜਿਹੜੀਆਂ ਮੇਨ ਡਾਈਸੈਕਸ਼ਨਸ ਨੇ, ਇਹ ਦੇਖੀਆਂ ਜਾਂਦੀਆਂ ਨੇ ਕਿ ਵੀ ਤੁਹਾਡਾ ਕਿੰਨਾ ਸਕਸੈਸਫੁਲ ਕਰੀਅਰ ਹੋ ਸਕਦਾ ਜਾਂ ਕਿੰਨਾ ਨਹੀਂ ਹੋ ਸਕਦਾ। ਸੋ ਇਹਦੀਆਂ ਮੇਨ ਇਹ ਚੀਜ਼ਾਂ ਨੇ ਜਦੋਂ ਦੇਖੀ ਦੀਆਂ ਨੇ। ਸੋ ਦੂਜੀ ਗੱਲ, ਸਾਨੂੰ ਕਦੋਂ ਆਪਣਾ ਹੋਰੋਸਕੋਪ ਦਿਖਾਉਣਾ ਚਾਹੀਦਾ ਜਦੋਂ ਆਪਾਂ ਕਰੀਅਰ ਨੂੰ ਚੂਜ਼ ਕਰਨਾ? ਦੇਖੋ, ਪਹਿਲੀ ਤਾਂ ਇਹ ਆ ਵੀ ਜਦੋਂ ਬੱਚਾ ਇਹਨੂੰ ਤਾਂ ਜਿੰਨਾ ਐਸ ਸੂਨੈਸਟ ਦੇਖਿਆ ਜਾਵੇ ਤਾਂ ਉਦੋਂ ਜ਼ਿਆਦਾ ਵਧੀਆ ਗੱਲ ਆ, ਜਿੱਦਾਂ ਬੱਚਾ ਹਾਈ ਸਕੂਲ ਦੇ ਵਿੱਚ ਹੈਗਾ ਵਾ, ਜਦੋਂ ਉਹਨੇ ਹੁਣ ਕਹਿ ਲਓ ਕਾਲਜ ਦੇ ਵਿੱਚ ਜਾਣਾ ਹੈਗਾ, ਯੂਨੀਵਰਸਿਟੀਜ਼ ਜਾਣਾ ਵਾ, ਕਿਉਂਕਿ ਜੇ ਆਪਾਂ ਹੋਰੋਸਕੋਪ ਨੂੰ ਦੇਖ ਲਾਂਗੇ ਤਾਂ ਸਾਨੂੰ ਪਹਿਲਾਂ ਹੀ ਪਤਾ ਲੱਗ ਜਾਏਗੀ ਕਿ ਇਸ ਬੱਚੇ ਦੀ ਸਟਰੈਂਥਸ ਕਿੱਥੇ ਪਈਆਂ ਨੇ। ਜਿੱਦਾਂ ਸਟਰੈਂਥ ਹੁਣ ਕਈਆਂ ਦੀ ਬਿਜ਼ਨਸ ਮੈਨੇਜਮੈਂਟ 'ਚ ਪਈ ਹੁੰਦੀ ਆ, ਕਈਆਂ ਦੀ CA ਦੇ ਵਿੱਚ ਪਈ ਹੁੰਦੀ ਆ, ਕਈਆਂ ਦੀ ਮੈਡੀਕਲ ਫੀਲਡ 'ਚ ਪਈ ਆ, ਕਿਸੇ ਦੀ ਹੋ ਸਕਦਾ ਕਿਸੇ ਸਕਿੱਲ ਵਰਕ ਦੇ ਵਿੱਚ ਪਈ ਹੋਵੇ, ਕਿਸੇ ਦੀ ਆਟੋ ਮਕੈਨਿਕ ਦੇ ਵਿੱਚ ਪਈ ਹੋਵੇ। ਸੋ ਹਰੇਕ ਲਈ ਡਿਫਰੈਂਟ ਡਿਫਰੈਂਟ ਸੋਰਸਿਸ ਨੇ, ਹੋ ਸਕਦਾ ਕਿਸੇ ਦੀ ਬਿਲਡਿੰਗ ਦੇ ਵਿੱਚ ਪਈ ਹੋਵੇ, ਬਿਲਡਰ ਬਣਨਾ ਹੋਵੇ, ਕਿਸੇ ਦੀ ਘਰਾਂ ਦੇ ਵਿੱਚ ਬਣਨੀ ਹੋਵੇ ਸਕਿੱਲ, ਕਿਸੇ ਦੀ ਟਰੱਕਿੰਗ ਇੰਡਸਟਰੀ ਦੇ ਵਿੱਚ ਹੋਵੇ। ਸੋ ਇਹ ਅਸੀਂ ਪਹਿਲਾਂ ਦੇਖ ਸਕਦੇ ਹਾਂ ਕਿ ਸਾਡੇ ਲਈ ਕਿਹੜੇ ਸੂਟੇਬਲ ਕਰੀਅਰਸ ਨੇ, ਸਾਨੂੰ ਕਿਹੜੇ ਪਲੈਨਟ ਸਪੋਰਟ ਕਰਦੇ ਪਏ ਨੇ ਜਾਂ ਕਿਹੜੇ ਨਹੀਂ ਕਰਦੇ ਪਏ। ਕਈ ਵਾਰੀ ਹੁੰਦਾ ਵਾ ਕਿ ਸਾਨੂੰ, ਹੋ ਸਕਦਾ ਵਾ ਕਿ ਸਾਨੂੰ ਖਾਣ ਪੀਣ ਵਾਲੀ ਜਿਹੜੀ ਚੀਜ਼ਾਂ ਨੇ ਉਹ ਬੈਨੀਫਿਟ ਕਰਨ, ਹੋ ਸਕਦਾ ਸਾਨੂੰ ਇੰਪੋਰਟ ਐਕਸਪੋਰਟ ਦਾ ਕੰਮ ਜ਼ਿਆਦਾ ਸੂਟੇਬਲ ਰਹੇ। ਸੋ ਇਹ ਚੀਜ਼ਾਂ ਅਸੀਂ ਪਹਿਲਾਂ ਦੇਖੀਏ ਜਦੋਂ ਬੱਚਾ ਸਾਡਾ ਹਾਈ ਸਕੂਲਿੰਗ ਕਰ ਲਈ ਆ, ਉਸ ਤੋਂ ਪਹਿਲਾਂ ਜਦੋਂ ਕੋਈ ਵੀ ਕੋਰਸ ਸਟਾਰਟ ਲੈ ਰਿਹਾ ਜਾਂ ਯੂਨੀਵਰਸਿਟੀ 'ਚ ਭੇਜਦੇ ਹਾਂ, ਪਹਿਲਾਂ ਉਸ ਦੇ ਅਕੋਰਡਿੰਗਲੀ ਇੱਕ ਵਾਰੀ ਹੋਰੋਸਕੋਪ ਚੈੱਕ ਕਰਕੇ ਉਹੋ ਜਿਹੇ ਆਪਾਂ ਕੋਰਸਿਸ ਲਈਏ ਜਾਂ ਉਹੋ ਜਿਹੀਆਂ ਡਿਗਰੀਆਂ ਸ਼ੁਰੂ ਕਰੀਏ। ਨਹੀਂ ਤਾਂ ਹੁੰਦਾ ਕੀ ਆ, ਬੱਚਾ ਸਾਲ 2 ਸਾਲ ਮਤਲਬ ਧੱਕੇ ਜੇ ਨਾਲ ਹੀ ਕਰਦਾ ਆ ਚੀਜ਼ ਨੂੰ, ਮਤਲਬ ਉਹ ਨਾਲੇ ਮਾਂ ਬਾਪ ਵੀ ਕਹਿ ਕੇ ਥੱਕ ਜਾਂਦੇ ਕਰ ਲਓ, ਉਹ ਵਿੱਚ ਹੀ ਸਮੈਸਟਰ ਚੜ੍ਹਤਾ, ਵਿੱਚ ਹੀ ਕਰ ਲਿਆ, ਉਹ ਨਾਲੇ ਪੈਸੇ ਖਰਾਬ ਹੁੰਦੇ, ਨਾਲੇ ਟਾਈਮ ਖਰਾਬ ਹੁੰਦਾ ਵਾ। ਸੋ ਜੇ ਆਪਾਂ ਹਾਈ ਸਕੂਲਿੰਗ ਜਦੋਂ ਹੀ ਬੱਚਾ ਫਿਨਿਸ਼ ਕਰਦਾ ਜਾਂ ਸਾਲ ਰਹਿੰਦਾ ਵਾ, ਜਦੋਂ ਆਪਾਂ ਹੋਰੋਸਕੋਪ ਦੇਖ ਲਈਏ ਕਿ ਇਸ ਬੱਚੇ ਦੀ ਆਹ ਸਟਰੈਂਥ ਆ,
हो सकता किसी बच्चे की अकैडमिकली ज़्यादा स्ट्रोंग नहीं है ओरोस्कोप, और आर्ट्स ते क्रिएटिविटी बहुत ज़्यादा स्ट्रोंग है वा, वो बहुत वधिया कंप्यूटर से बहुत वधिया बच्चा कर सकता वा। जरूरी नहीं है कि अकैडमिकली उन्हें बहुत ज़्यादा सक्सैस मिलू, एक कित नहीं लिखे है कि जो कोई पढ़िया लिखा वा ता ही वह पैसे कमा सकता, अनपढ़ भी मल्टी मिलीनर बन सकता वा। देखो पढ़न का उस ते कमाई नाल कोई लैण देण नहीं, पढ़ना एक अड्ड चीज़ आ, ठीक है उस बंदे कोल ज्ञान आ चुकिया, पर उहदा उहदे पैसे ना कोई लैण देण नहीं हैगा कि उहनूं किन्ने पैसे बणनगे। इह तां असल दे विच होरोस्कोप दे विच प्लैनेट दसूगा कि उहनूं गेन हो रहा या नहीं हो सकता। बहुत वड्डे वड्डे आपां देखे ने पी एच डियां कीतियां ने कुछ भी नहीं कर रहे हैगे, इंजीनियरिंग्स कीतियां ने कुछ भी नहीं कर रहे, ते जिहड़े मतलब अठवीं फेल ने या पंजवीं फेल ने उह मल्टी मिलियनर बणे होए ने। ਫਰਕ ਕੀ ਆ ਉਹਨਾਂ ਦੇ ਹੋਰੋਸਕੋਪ 'ਚ ਗੇਨ ਹੈਗਾ ਉਹਨਾਂ ਦੇ ਕੋਲ, ਇਸ ਕਰਕੇ ਉਹਨਾਂ ਨੂੰ ਚੀਜ਼ਾਂ ਉਹ ਸੂਟੇਬਲ ਬੈਠ ਰਹੀਆਂ ਜਿਹੜੀਆਂ ਉਹ ਕਰ ਰਹੇ ਨੇ। ਸੋ ਇਹ ਫਰਕ ਹੁੰਦਾ ਕਿ ਜਦੋਂ ਬੱਚਾ ਸਾਡਾ ਹਾਈ ਸਕੂਲਿੰਗ ਕਰ ਰਿਹਾ ਜਾਂ ਸਾਲ ਰਹਿ ਗਿਆ ਵਾ ਪਤਾ ਨੈਕਸਟ ਕੋਰਸ ਲੈਣ ਲੱਗਿਆ, ਉਸ ਟਾਈਮ ਉਹਦਾ ਹੋਰੋਸਕੋਪ ਚੈੱਕ ਕਰੀਏ ਤਾਂ ਸਾਨੂੰ ਅਸੀਂ ਤਰੀਕੇ ਨਾਲ ਉਹਨੂੰ ਉਹ ਕੋਰਸਿਸ 'ਚ ਪਾਈਏ ਜਾਂ ਉਹ ਉਹਨੂੰ ਐਜੂਕੇਸ਼ਨ ਦੇਈਏ ਜਿਹੜੀ ਉਹਨੂੰ ਸੂਟੇਬਲ ਹੈਗੀ ਅਸਲ ਦੇ ਵਿੱਚ। ਸੋ ਸਤਿੰਦਰ ਜੀ, ਦੂਜੀ ਗੱਲ ਇਹ ਹੈ ਜਿੱਦਾਂ ਤੁਸੀਂ ਕਿਹਾ ਕਿ ਸਟੱਡੀ ਦੇ ਬਾਅਦ ਹੋਰੋਸਕੋਪ ਦਿਖਾ ਲੈਣਾ ਚਾਹੀਦਾ, ਠੀਕ ਹੈ, ਮਤਲਬ ਸਟੱਡੀ ਤੋਂ ਪਹਿਲਾਂ ਹੀ ਦਿਖਾ ਲੈਣਾ ਚਾਹੀਦਾ। ਸੋ ਆਪਾਂ ਹੋਰੋਸਕੋਪ ਦਿਖਾ ਲੈਂਦੇ ਹਾਂ ਅਤੇ ਉਹਦੇ ਗ੍ਰਹਿ ਦੱਸਦੇ ਹੁੰਦੇ ਹਾਂ ਕਿ ਇਹ ਚੀਜ਼ 'ਚ ਉਹ ਅਕੰਪਲਿਸ਼ ਕਰੇਗਾ, ਬਟ ਜਦੋਂ ਆਪਾਂ ਉਹਨੂੰ ਬੱਚੇ ਨੂੰ ਕਹੀਏ ਕਿ ਉਹ ਇਹ ਚੀਜ਼ ਕਰ ਲਵੇ, ਉਹ ਨਾ ਮੰਨੇ ਕਰਨ ਵਾਸਤੇ ਜਾਂ ਉਹਦੇ ਟੂ ਮਾਈਂਡਿਡ ਹੋਵੇ ਕਿ ਮੈਂ ਕਰਾਂ ਨਾ ਕਰਾਂ, ਇਹਦੇ ਵਿੱਚ ਕੀ? ਦੇਖੋ ਪਹਿਲੀ ਤਾਂ ਗੱਲ ਇਹ ਹੈ ਵੀ ਜਦੋਂ ਵੀ ਆਪਾਂ ਜੋ ਮੈਂ ਚੀਜ਼ ਸਮਝ ਰਿਹਾ ਤੁਹਾਡੀ ਕਿ ਅਸਲ 'ਚ ਜੇ ਆਪਾਂ ਹੋਰੋਸਕੋਪ ਦੇਖ ਕੇ ਬੱਚੇ ਨੂੰ ਕੋਈ ਸੁਜੈਸਟ ਕਰੀਏ ਚੀਜ਼ ਕਿ ਤੇਰੇ ਲਈ ਪ੍ਰੋਫੈਸ਼ਨ ਚੰਗਾ ਆ, ਉਹ ਬੱਚਾ ਨਾ ਲਾਈਕ ਕਰੇ। ਦੇਖੋ ਪਹਿਲੀ ਤਾਂ ਗੱਲ ਇਹ ਆ ਵੀ ਜਿੰਨੇ ਹੀ ਮੇਰਾ ਐਕਸਪੀਰੀਅੰਸ ਰਿਹਾ ਵਾ ਉਹ 19-20 ਹਜ਼ਾਰ ਹੋਰੋਸਕੋਪ ਦੇਖ ਚੁੱਕਿਆ ਵਾਂ, ਜੋ ਮੈਂ ਚੀਜ਼ ਦੇਖੀ ਆ ਕਿ ਜਦੋਂ ਆਪਾਂ ਬੱਚੇ ਹੋਰੋਸਕੋਪ ਦੇ ਜਿਹੜੇ ਪਲੈਨਟ ਜੋ ਚੀਜ਼ ਕਹਿ ਰਹੇ ਹੁੰਦੇ ਆ, 95% ਕੇਸਿਸ 'ਚ ਬੱਚੇ ਉਸ ਚੀਜ਼ ਨੂੰ ਨਾ ਕਰਦੇ ਨਹੀਂ ਲਾਈਕ, ਬਲਕਿ ਉਹ ਲਾਈਕ ਕਰਦੇ ਆ। ਰੀਜ਼ਨ ਕੀ ਆ? ਪਲੈਨਟਸ ਕੋਈ ਹੋਰ ਨਹੀਂ ਹੈਗੀ ਚੀਜ਼ ਵੀ ਜਾਂ ਉੱਪਰ ਘੁੰਮ ਰਹੀ ਆ ਸਾਨੂੰ ਨਹੀਂ ਇਫੈਕਟ ਕਰ ਰਹੀ, ਪਲੈਨਟਸ ਦਾ ਮਤਲਬ ਸਿਰਫ ਕੀ ਆ ਇਹ ਸਾਡੀ ਅਸਲ 'ਚ ਇੰਟਰਨਲੀ ਅਸੀਂ ਲਾਈਕ ਕੀ ਕਰਦੇ ਹਾਂ, ਇਹ ਇਨਸਾਨ ਦੀ ਔਰਾ ਸ਼ਕਤੀ ਅਸਲ ਦੇ ਵਿੱਚ ਕਿ ਸਾਨੂੰ ਕਿੱਦਾਂ ਦਾ ਅਸੀਂ ਫੀਲ ਕਰਦੇ ਹਾਂ, ਕਿੱਦਾਂ ਦਾ ਮਹਿਸੂਸ ਕਰਦੇ ਹਾਂ, ਇਹ ਇਨਸਾਨ ਦਾ ਖੁਦ ਦਾ ਇੱਕ ਇੱਕ ਮਤਲਬ ਜਿਹੜਾ ਜਿੰਨੇ 12 ਦੇ 12 ਘਰ ਨੇ ਉਸ ਨੂੰ ਰੈਪ੍ਰਜੈਂਟ ਕਰ ਰਹੇ ਕਿ ਅਸਲ 'ਚ ਸਾਡੀ ਇੰਟਰਨਲੀ ਅਸੀਂ ਫੀਲ ਕੀ ਕਰਦੇ ਪਏ ਹਾਂ। ਸੋ ਇਹ ਪਲੈਨਟਸ ਕੋਈ ਸਭ ਤੋਂ ਵੱਖਰੇ ਨਹੀਂ ਹੈਗੇ, ਹੋਰੋਸਕੋਪ ਅਸਲ ਦੇ ਵਿੱਚ ਤੁਹਾਡਾ ਇੱਕ ਬਲੂ ਪ੍ਰਿੰਟ ਆ ਬੇਸਿਕਲੀ ਤੁਹਾਡੀ ਸਾਰੀ ਲਾਈਫ ਦਾ ਕਿ ਤੁਸੀਂ ਕੀ ਚੀਜ਼ਾਂ ਕੀਤੀਆਂ ਨੇ, ਕੀ ਚੀਜ਼ਾਂ ਕਰਨੀਆਂ ਨੇ, ਕਿਹਦੇ 'ਚ ਤੁਸੀਂ ਕਰੋਗੇ। ਸੋ ਇਹਦੇ 'ਚ 95% ਕੇਸਿਸ ਦੇ ਵਿੱਚ ਤਾਂ ਇਹ ਮਤਲਬ ਪੋਸੀਬਿਲਿਟੀ ਨਹੀਂ ਕਿ ਉਹ ਬੱਚੇ ਨੂੰ ਨਹੀਂ ਲਾਈਕ ਕਰੂਗਾ। ਇਹਦੇ 'ਚ ਇੱਕ ਹੋਰ ਚੀਜ਼ ਆ, ਲੈਟਸ ਸੇ ਚਲੋ ਆਪਾਂ ਕਹਿ ਲੈਂਦੇ ਹੋਊਗੀ ਚਲੋ ਇਹ ਚੀਜ਼ ਬੱਚੇ ਨੇ ਨਾ ਹੀ ਕਰਤੀ, ਫਿਰ ਵੀ ਸਾਡੇ ਕੋਲ ਜ਼ਰੂਰੀ ਨਹੀਂ ਹੈਗਾ ਕਿ ਹਾਰਡ ਐਂਡ ਫਾਸਟ ਰੂਲ ਨਹੀਂ ਕਿ ਕਿਸੇ ਨੂੰ ਇੱਕ ਚੀਜ਼ ਹੀ ਕਰਨੀ ਆ। ਜਦੋਂ ਅਸੀਂ ਹੋਰੋਸਕੋਪ ਦੇਖਦੇ ਹਾਂ ਸਾਡੇ ਕੋਲ ਬਹੁਤ ਜ਼ਿਆਦਾ ਚੋਇਸਿਸ ਹੁੰਦੀਆਂ ਨੇ, ਜਿੱਦਾਂ ਅਸੀਂ ਕਿਸੇ ਬੱਚੇ ਨੂੰ ਸਾਇੰਸ ਵੀ ਦੱਸ ਸਕਦੇ ਹਾਂ, ਮੈਡੀਕਲ ਵੀ ਦੱਸ ਸਕਦੇ ਹਾਂ, ਜੇ ਬੱਚਾ ਉਹ ਵੀ ਨਹੀਂ ਕਰ ਰਿਹਾ ਅਸੀਂ ਕਹਿ ਸਕਦੇ ਹਾਂ ਕਿ ਇਹਦੇ 'ਚ ਸਪੋਰਟਸ ਵੀ ਕਰ ਸਕਦਾ ਬੱਚਾ। ਸੋ ਸਾਡੇ ਕੋਲ ਹੋਰ ਅਸੀਂ ਪਲੈਨਟਸ ਦੇਖ ਲੈਂਦੇ ਹਾਂ ਕਿ ਕਿਹੜੇ ਜ਼ਿਆਦਾ ਸਟਰੋਂਗ ਹੈਗੇ ਆ, ਇਹ ਨਹੀਂ ਵੀ ਇੱਕੋ ਹੀ ਚੀਜ਼ ਆ ਜੋ ਉਹੀ ਕਰਨੀ ਪੈਣੀ ਆ, ਨੋ, ਇਹਦੇ 'ਚ ਅਸੀਂ ਬਾਕੀ ਕਿਉਂਕਿ ਬਾਕੀ ਦੇ ਪਲੈਨਟਸ ਵੀ ਬੈਠੇ ਹੈਗੇ ਆ, ਇਕੱਲੀ ਇੱਕ ਜਾਂ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਵੀ ਇਹੀ ਕਰਨੀ ਪਊਗੀ, ਸਾਡੇ ਕੋਲ ਹੋਰ ਆਪਸ਼ਨਸ ਵੀ ਹੁੰਦੀਆਂ ਨੇ ਕਿ ਵੀ ਅਸੀਂ ਕਿਹੜੀ ਚੀਜ਼ 'ਚ ਹੋਰ ਵਧੀਆ ਕਰ ਸਕਦੇ ਹਾਂ ਜਾਂ ਹੋਰ ਕਿਹੜੀ ਜ਼ਿਆਦਾ ਵਧੀਆ ਚੀਜ਼ ਆ ਜਿਹਨੂੰ ਅਸੀਂ ਕਰਕੇ ਇਕੁਅਲੈਂਟ ਸਾਨੂੰ ਵਧੀਆ ਸਕਸੈਸ ਮਿਲੂਗੀ। ਸੋ ਅਸੀਂ ਉਹ ਵੀ ਚੀਜ਼ ਕਰ ਸਕਦੇ ਹਾਂ, ਮੀਨਸ ਜੇ 5% ਕੇਸਿਸ ਆਊਗੇ ਉਹਦਾ ਵੀ ਐਸਟ੍ਰੋਲੋਜੀ 'ਚ ਹੱਲ ਹੈਗਾ ਆ। ਸੋ ਦੂਜੀ ਗੱਲ ਆਉਂਦੀ ਹੈ ਕਿ ਹਰੇਕ ਇੰਡੀਵਿਜੁਅਲ ਦਾ ਆਪਣਾ ਅਲੱਗ ਹੋਰੋਸਕੋਪ ਹੈ, ਅਲੱਗ ਉਹਦਾ ਕਰੀਅਰ ਪੈਥ ਹੋਣਾ ਚਾਹੀਦਾ। ਆਪਾਂ ਨੋਰਮਲੀ ਗੱਲ ਕਰੀਏ, ਬੱਚੇ ਜਦੋਂ ਛੋਟੇ ਹੁੰਦੇ ਨੇ ਜਾਂ ਮਿਡਲ ਏਜ ਦੇ ਵਿੱਚ ਹੁੰਦੇ ਨੇ, ਉਹ ਜਾਣਾ ਚਾਹੁੰਦੇ ਨੇ ਜਾਂ ਤਾਂ ਉਹ ਕਿਸੇ ਯੂਨੀਫਾਰਮ ਜੋਬ 'ਚ ਜਾਣਾ ਚਾਹੁੰਦੇ, ਜਿੱਦਾਂ ਪੁਲਿਸ ਹੋ ਗਿਆ, ਬਾਇਲੋਜ਼ ਹੋ ਗਿਆ ਜਾਂ ਹੋਰ ਇੱਦਾਂ ਕੋਈ ਜੋਬ ਜਾਂ ਨੇਵੀ ਮਿਲਟਰੀ, ਜਾਂ ਫਿਰ ਕੋਈ ਡਾਕਟਰ ਬਣਨਾ ਚਾਹੁੰਦਾ, ਹੈਲਥ ਕੇਅਰ ਵਿੱਚ ਜਾਣਾ ਚਾਹੁੰਦਾ। ਸੋ ਕਿਹੜੇ ਗ੍ਰਹਿ ਨੇ ਜਿਹੜੇ ਇਹਨਾਂ ਨੂੰ ਇਹਨਾਂ ਪੈਥਸ 'ਤੇ ਲੈ ਕੇ ਜਾਂਦੇ ਨੇ? ਦੇਖੋ ਹਰੇਕ ਗ੍ਰਹਿ ਦੀ ਨਾ ਜਿੱਦਾਂ ਹੁਣ ਸੇਮ ਸਿਗਨੀਫਿਕੇਟਰ ਆ ਜਾਂਦਾ ਵਾ, ਬੜਾ ਧਿਆਨ ਨਾਲ ਇਹਨੂੰ ਵਾਚਣਾ ਪੈਂਦਾ ਚੀਜ਼ ਨੂੰ। ਜਦੋਂ ਯੂਨੀਫਾਰਮ ਜੋਬ ਆ ਜਾਵੇ, ਜਿੱਦਾਂ ਆਰਮੀ ਆ ਗਿਆ, ਨੇਵੀ ਆ ਗਿਆ, ਇਹਦੇ 'ਚ ਹੁਣ ਮਾਰਸ ਦਾ ਰੋਲ ਪਲੇ ਹੋਊਗਾ, ਇਹ ਪਲੈਨਟ ਉਹਨਾਂ ਦੇ ਅਸੈਂਡੈਂਟ 'ਚ ਹੋਣਾ ਚਾਹੀਦਾ,
या लगन जिन्हों कहने फस्ट हाउस दे विच होना चाहिए या ये प्लैनेट बहुत ज़्यादा पावरफुल होना चाहिए इन्हें दे प्लैनेट क्योंकि यूनिफॉर्म जॉब्स ओ ही बंदे कर सकते जिन्हें दा मार्स स्ट्रॉन्ग होगा हुण जिद्दां जिहड़े बाकी दियां जॉब्स इदां हो गईआं जिद्दां हुण आपां करदे आं RCMP दी पुलिसिंग दी जॉब्स हो गईआं इह जॉब्स दे विच सूरज ते चंद्रमा ज़्यादा पॉजिटिव चाहिए आ ते बाकी दियां वी होर जरूरी नहीं हैगा कि ऑन फील्ड जॉब्स ही हुंदीआं ने होर भी बहुत इंटरनल जॉब्स हुंदीआं जिहड़ियां सरकारी जॉब्स आपां कहिंदे CRA दियां जॉब्स हो सकदीआं रेवेन्यू एजेंसी दियां जॉब्स हो सकदीआं होर बहुत जॉब्स हो सकदीआं जिद्दां CBSE आ इहदे विच वी मार्स दी लोड़ हैगी आ इत्थे वी मार्स होऊगा ਹੁਣ ਜਿੱਦਾਂ ਬਾਕੀ ਹੋਰ ਜਿਹੜੀਆਂ ਸਰਕਾਰੀ ਜੌਬਸ ਹੋ ਜਾਂਦੀਆਂ ਉਹਦੇ ਵਿੱਚ ਸਨ ਤੇ ਮੂਨ ਤੁਹਾਡਾ ਸਟਰੋਂਗ ਚਾਹੀਦਾ ਵਾ ਤੇ ਮੋਰ ਓਵਰ ਦਸ਼ਾ ਦੇ ਵਿੱਚ ਹੋਣਾ ਚਾਹੀਦਾ ਦਸ਼ਾ ਮੀਨਸ ਉਹਦਾ ਟਾਈਮ ਪੀਰੀਅਡ ਹੋਣਾ ਚਾਹੀਦਾ ਉਦੋਂ ਹੀ ਉਹਨਾਂ ਬੰਦਿਆਂ ਨੂੰ ਜੌਬਸ ਉਹਨਾਂ ਚੀਜ਼ਾਂ ਦੀ ਮਿਲਦੀ ਹੈਗੀ ਆ ਬਾਕੀ ਜਿੱਦਾਂ ਹੋਰ ਕਾਫੀ ਪਲੈਨਟ ਆਉਂਦੇ ਨੇ ਜਿੱਦਾਂ ਲੈਟਸ ਸੇ ਕੋਈ ਬੰਦਾ ਮੈਡੀਕਲ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਵਾ ਮੈਡੀਕਲ ਫੀਲਡ ਦੇ ਲਈ 6th ਹਾਊਸ 8th ਹਾਊਸ ਤੇ 12th ਹਾਊਸ ਜਿਹੜਾ ਵਾ ਇੰਨਾ ਉਹਨਾਂ ਹੋਰੋਸਕੋਪ 'ਚ ਜ਼ਿਆਦਾ ਐਕਟੀਵੇਟਡ ਹੁੰਦਾ ਵਾ ਉਹ ਬੰਦੇ ਜ਼ਿਆਦਾ ਮੈਡੀਕਲ ਫੀਲਡ ਦੇ ਵਿੱਚ ਜਾਂਦੇ ਨੇ ਜ਼ਿਆਦਾ ਵੱਧ ਤਰੱਕੀ ਕਰਦੇ ਨੇ ਸੋ ਇਸੇ ਤਰੀਕੇ ਨਾਲ ਹਰੇਕ ਪ੍ਰੋਫੈਸ਼ਨ ਬਣਿਆ ਵਾ ਜਿਹਦਾ ਜਿਹੜਾ ਹਾਊਸ ਜ਼ਿਆਦਾ ਐਕਟੀਵੇਟ ਹੋਊਗਾ ਸਪੋਜ਼ ਕਿਸੇ ਦਾ ਸੈਕਿੰਡ ਹਾਊਸ ਐਕਟੀਵੇਟ ਜ਼ਿਆਦਾ ਹੈਗਾ 7th ਹਾਊਸ ਜ਼ਿਆਦਾ ਐਕਟੀਵੇਟ ਆ ਇਹ ਬੰਦੇ ਬਿਜ਼ਨਸ ਮੈਨੇਜਮੈਂਟ ਜ਼ਿਆਦਾ ਵਧੀਆ ਕਰਦੇ ਆ ਐਡਮਿਨਿਸਟ੍ਰੇਸ਼ਨ 'ਚ ਜ਼ਿਆਦਾ ਵਧੀਆ ਕਰਦੇ ਆ CA ਅਕਾਊਂਟਿੰਗ ਦੀਆਂ ਬੁੱਕ ਕੀਪਿੰਗ ਦੀਆਂ ਜਿਹੜੀਆਂ ਜੌਬਸ ਨੇ ਬੈਂਕਿੰਗ ਦੀਆਂ ਜਿਹੜੀਆਂ ਜੌਬਸ ਹੈਗੀਆਂ ਪ੍ਰਾਈਵੇਟ ਸੈਕਟਰ ਦੀਆਂ ਜਿਹੜੀਆਂ ਜੌਬਸ ਨੇ ਇਹਨਾਂ ਨੂੰ ਜ਼ਿਆਦਾ ਵਧੀਆ ਤਰੀਕੇ ਕਰਦੇ ਨੇ ਹੁਣ ਜਿਨ੍ਹਾਂ ਦਾ 10th ਹਾਊਸ 11th ਹਾਊਸ ਬਹੁਤ ਜ਼ਿਆਦਾ ਸਟਰੋਂਗ ਹੈਗਾ ਇਹ ਜ਼ਿਆਦਾਤਰ ਬਿਜ਼ਨਸ ਮਾਈਂਡਡ ਹੁੰਦੇ ਆ ਅਤੇ 5th ਹਾਊਸ ਵੀ ਜਿਨ੍ਹਾਂ ਦਾ ਜ਼ਿਆਦਾ ਸਟਰੋਂਗ ਹੋ ਜਾਵੇ ਇਹ ਆਪਣਾ ਕੁਛ ਕਰਨ 'ਚ ਵਿਸ਼ਵਾਸ ਰੱਖਦੇ ਨੇ ਇਹ ਜੌਬ ਨਹੀਂ ਕਰਦੇ ਹੁੰਦੇ ਮਤਲਬ ਇਹ ਆਪਣਾ ਬਿਜ਼ਨਸ ਕੁਛ ਕਰਦੇ ਨੇ ਕਰਨ ਨਵਾਂ ਕਹਿ ਲਓ ਵੈਂਚਰ ਸ਼ੁਰੂ ਕਰਦੇ ਨੇ ਸੋ ਉਹਦੇ 'ਚ ਫਿਰ ਇਹ ਜ਼ਿਆਦਾ ਸਕਸੈਸਫੁਲ ਰਹਿੰਦੇ ਨੇ ਪਰ ਮੋਰ ਓਵਰ ਕਈ ਵਾਰੀ ਇੱਦਾਂ ਹੁੰਦਾ ਕਿ ਬੰਦਾ ਕਿਸੇ ਦੀ ਇੱਛਾ ਹੁੰਦੀ ਆ ਕਿ ਮੈਂ ਆਪਣਾ ਕੰਮ ਕਰਨਾ ਪਰ ਸਾਰੀ ਉਮਰ ਜੌਬ ਕਰਦਾ ਰਹਿ ਜਾਂਦਾ ਵਾ ਪਰ ਉਹ ਆਪਣੇ ਆਪ ਨੂੰ ਇੱਕ ਮੌਕਾ ਨਹੀਂ ਦੇ ਪਾਉਂਦਾ ਹੈਗਾ ਸੋ ਇਹੀ ਹੁੰਦਾ ਕਿ ਐਸਟ੍ਰੋਲੋਜੀ 'ਚ ਆਪਾਂ ਚੀਜ਼ ਦੇਖ ਲਈਏ ਸਾਡੀ ਸਟਰੈਂਥ ਕਿੱਥੇ ਬੈਠੀ ਆ ਹੋ ਸਕਦਾ ਉਸ ਬੰਦੇ ਦਾ 5th ਹਾਊਸ ਬਹੁਤ ਜ਼ਿਆਦਾ ਐਕਟੀਵੇਟਡ 7th ਹਾਊਸ ਬਹੁਤ ਐਕਟੀਵੇਟਡ ਆ ਉਹਨੂੰ ਬਿਜ਼ਨਸ ਜ਼ਿਆਦਾ ਸੂਟ ਕਰੂਗਾ ਪਰ ਫਸਿਆ ਜੌਬ 'ਚ ਬੈਠਾ ਵਾ ਸੋ ਉਹ ਚੀਜ਼ਾਂ ਉਹਨੂੰ ਸੂਟੇਬਲ ਨਹੀਂ ਹੈਗੀਆਂ ਸੋ ਜਿੱਦਾਂ ਜਿਹਦੇ ਹੋਰੋਸਕੋਪ 'ਚ ਜਿਹੜੇ ਹਾਊਸਿਸ ਜ਼ਿਆਦਾ ਐਕਟੀਵੇਟ ਰਹਿਣਗੇ ਜ਼ਿਆਦਾ ਕਹਿ ਲਓ ਉਹਨਾਂ ਦਾ ਪ੍ਰਭਾਵ ਜ਼ਿਆਦਾ ਵਧੂਗਾ ਉਹੀ ਉਹਨਾਂ ਨੂੰ ਚੰਗਾ ਰਿਜ਼ਲਟ ਦੇਣ ਪਾਉਣ ਦੀ ਸ਼ਮਤਾ ਰੱਖਦੇ ਨੇ ਜਿੱਦਾਂ ਤੁਸੀਂ ਕਿਹਾ ਮਤਲਬ ਜਿਹੜੇ ਗ੍ਰਹਿ ਨੇ ਉਹ ਉਹਨਾਂ ਨੂੰ ਪਾਵਰਫੁਲ ਹੋ ਕੇ ਉਹਨਾਂ ਨੂੰ ਅੱਗੇ ਵਧਾਉਂਦੇ ਨੇ ਅਤੇ ਜੇ ਕੋਈ ਆਪਣਾ ਬਿਜ਼ਨਸ ਕਰਨਾ ਚਾਹੇ ਦੇਖੋ ਬਿਜ਼ਨਸ ਦੇ ਵਿੱਚ ਨਾ 7th ਹਾਊਸ ਅਤੇ 10th ਹਾਊਸ ਇਹ ਦੋ ਹਾਊਸਿਸ ਦਾ ਰਿਜ਼ਲਟ ਜਿੱਦਾਂ ਹੁਣ ਨੌ ਗ੍ਰਹਿ ਨੇ ਸਾਡੇ ਨੌ 'ਚੋਂ ਘੱਟੋ ਘੱਟ 5 ਗ੍ਰਹਿ ਜਿਹੜੇ ਨੇ ਸਾਡੇ 7th ਹਾਊਸ ਅਤੇ 10th ਹਾਊਸ ਦਾ ਰਿਜ਼ਲਟ ਦਿੰਦੇ ਹੋਣੇ ਚਾਹੀਦੇ ਆ ਅਤੇ ਮੋਰ ਓਵਰ ਜੇ ਇਸ ਬਿਜ਼ਨਸ ਨੂੰ ਜਿਹੜਾ ਵੀ ਕੋਈ ਬੰਦਾ ਕਰੂਗਾ ਸਕਸੈਸ 'ਤੇ ਲੈ ਕੇ ਜਾਣਾ ਦੇਖੋ ਬਿਜ਼ਨਸ ਬਹੁਤ ਜ਼ਿਆਦਾ ਹੁੰਦਾ ਇੱਕ ਹੁੰਦਾ ਵੀ ਮਾੜਾ ਮੋਟਾ ਚੱਲ ਜਾਂਦਾ ਜੀ ਫਿਰ ਖੜ ਜਾਂਦਾ ਫਿਰ ਚੱਲ ਜਾਂਦਾ ਇੱਕ ਹੁੰਦਾ ਲਾਰਜ ਸਕੇਲ 'ਤੇ ਬਿਜ਼ਨਸ ਚੱਲਣਾ ਗਰੋਥ ਦੇ ਵਿੱਚ ਚੱਲਣਾ ਕਈ ਵਾਰੀ ਕੋਈ ਟਰੱਕਿੰਗ ਏਜੰਸ ਟਰੱਕਿੰਗ ਦੀ ਕੋਈ ਕੰਪਨੀ ਖੋਲ੍ਹਦਾ ਇੱਕ ਟਰੱਕ ਪਾਇਆ ਹੁੰਦਾ ਵਾ 10 ਸਾਲਾਂ ਬਾਅਦ ਦੂਜਾ ਪਾਉਂਦਾ ਮਤਲਬ ਹੌਲੀ ਹੌਲੀ ਗਰੋਥ ਕਈ ਵਾਰੀ ਤੁਸੀਂ ਕੁਛ ਦੇਖਿਆ ਹੋਣਾ 2-4-5 ਸਾਲ ਹੋ ਜਾਂਦੇ ਆ 1.5-2-200 ਟਰੱਕ ਹੁੰਦਾ ਵਾ ਉਹਦੇ 'ਚ ਹੁੰਦਾ ਮੀਨਸ ਗੇਨ ਹੋ ਰਿਹਾ ਅਸਲ ਦੇ ਵਿੱਚ ਉਹਦੇ 'ਚ ਕੀ ਆ 11th ਹਾਊਸ ਬਹੁਤ ਐਕਟੀਵੇਟ ਹੁੰਦਾ ਵਾ 7th ਵੀ ਐਕਟੀਵੇਟ ਹੋਊਗਾ 10th ਵੀ ਐਕਟੀਵੇਟ ਹੋਊਗਾ 11th ਵੀ ਹੋਰ ਐਕਟੀਵੇਟ ਹੋਊਗਾ ਅਤੇ ਮੋਰ ਓਵਰ ਸੈਟਰਨ ਦਾ ਪ੍ਰਭਾਵ ਹੋਊਗਾ ਉਸ ਬੰਦੇ 'ਤੇ ਸੋ ਇਹੋ ਜਿਹੇ ਬੰਦੇ ਫਿਰ ਤਰੱਕੀ ਬਹੁਤ ਕਰਦੇ ਨੇ ਮੀਨਸ ਇਹਨਾਂ ਨੂੰ ਅਬੰਡੈਂਸ ਮਿਲਦੀ ਆ ਮਤਲਬ ਚੀਜ਼ਾਂ ਜ਼ਿਆਦਾ ਗਰੋਥ ਦੇ ਵਿੱਚ ਆਉਂਦੀਆਂ ਨੇ ਇਹਨਾਂ ਬੰਦਿਆਂ ਦੀਆਂ ਕਈ ਵਾਰ ਹੁੰਦਾ ਹੈ ਕਿ ਅਸੀਂ ਇੱਕ ਜੌਬ ਕਰਦੇ ਹਾਂ ਇੱਕ ਜੌਬ ਛੱਡ ਕੇ ਅਸੀਂ ਥੋੜ੍ਹੇ ਜਿਹੇ ਫਾਇਦੇ ਵਾਸਤੇ ਦੂਜੀ ਜੌਬ ਕਰ ਲੈਂਦੇ ਹਾਂ ਪਰ ਬਾਅਦ ਦੇ ਵਿੱਚ ਆਪਾਂ ਸੋਚਦੇ ਹਾਂ ਕਿ ਪਹਿਲਾਂ ਵਾਲੀ ਹੀ ਬੈਟਰ ਸੀਗੀ ਇਹਦੇ ਵਿੱਚ ਕੀ ਹੈ ਦੇਖੋ ਇਹਦੇ 'ਚ ਵੀ ਨਾ ਹੁਣ ਜਦੋਂ ਇਹਨੂੰ ਕਹਿੰਦੇ ਆ ਦਸ਼ਾ ਦਾ ਸਿਸਟਮ ਕਹਿੰਦੇ ਆ ਦਸ਼ਾ ਮੀਨਸ ਵਕਤ ਕਿਹੜਾ ਸਾਡਾ ਚੱਲਦਾ ਪਿਆ ਦਸ਼ਾ ਜਦੋਂ ਚੇਂਜ ਹੁੰਦੀ ਆ ਹਰੇਕ ਕਈ ਵਾਰੀ ਹੁੰਦਾ ਜਿੱਦਾਂ ਮਾਰਸ ਹੈਗਾ ਵਾ ਜਾਂ ਜਿਹੜੇ ਬਾਕੀ ਆਪਣੇ ਚੰਦਰਮਾ ਹੈਗਾ ਵਾ ਸੋ ਕੇਤੂ ਹੋ ਗਿਆ ਇਹਨਾਂ ਦੀ ਸਾਲ ਡੇਢ ਡੇਢ ਸਾਲ ਦੀ ਅੰਤਰ ਦਸ਼ਾਵਾਂ ਕਹਿੰਦੇ ਹਾਂ ਅਸੀਂ ਜਿੱਦਾਂ ਸੈਟਰਨ ਹੈਗਾ ਇਹਨਾਂ ਦੀਆਂ ਲੰਬੀਆਂ ਦਸ਼ਾਵਾਂ ਹੁੰਦੀਆਂ ਅਕੋਰਡਿੰਗ ਟੂ ਦਾ ਪਲੈਨਟ ਇਹ ਟਾਈਮ ਪੀਰੀਅਡ ਚੇਂਜ ਹੁੰਦੇ ਰਹਿੰਦੇ ਦਸ਼ਾ ਚੇਂਜ ਹੁੰਦੀ ਰਹਿੰਦੀ ਆ ਸੋ ਜਿੱਦਾਂ ਕੋਈ ਪਲੈਨਟ ਚੇਂਜ ਹੋ ਕੇ ਆਇਆ ਸਪੋਜ਼ ਉਹਦਾ 5th ਹਾਊਸ ਦਾ ਰਿਜ਼ਲਟ ਆ ਰਿਹਾ ਹੈਗਾ ਵਾ ਸੋ ਉਹਦੇ ਨਾਲ ਜਾਂ 9th ਹਾਊਸ ਦਾ ਰਿਜ਼ਲਟ ਆ ਰਿਹਾ ਹੈਗਾ ਵਾ ਉਹਦੇ ਨਾਲ ਕੀ ਆ ਉਹ ਚੇਂਜ ਇਨ ਜੌਬ ਕਹਿ ਦਿੰਦੇ ਹਾਂ ਅਸੀਂ ਕਿ ਉਹ ਚੇਂਜ ਇਨ ਜੌਬ ਕਰ ਦਿੰਦਾ ਹੈਗਾ ਕਿ ਇਹ ਡਿਫਰੈਂਟ ਜੌਬ 'ਚ ਜਾਵੇ ਪਰ ਉਹਦਾ ਸਿਰਫ ਇੱਕ ਚੀਜ਼ ਦੇਖਣ ਵਾਲੀ ਹੁੰਦੀ ਆ ਕਿ ਜਿਹੜੇ ਪਲੈਨਟਸ ਇੱਕ ਪਲੈਨਟ ਦਾ ਜਿਹੜਾ ਆਇਆ ਹੈਗਾ ਵਾ ਹੋ ਸਕਦਾ ਰਾਹੂ ਦਾ ਪ੍ਰਭਾਵ ਹੋਵੇ ਸੈਟਰਨ ਦਾ ਪ੍ਰਭਾਵ ਹੋਵੇ ਕੇਤੂ ਦਾ ਪ੍ਰਭਾਵ ਹੋਵੇ
ਉਹਦੇ ਵਿੱਚ ਕੀ ਹੁੰਦਾ ਵਾ ਫਿਰ ਜਿਹੜੀ ਸਾਨੂੰ ਨੈਕਸਟ ਜੌਬ ਮਿਲ ਰਹੀ ਆ ਉਹ ਅਸਲ ਦੇ ਵਿੱਚ ਸਾਡੇ ਭਲੇ ਲਈ ਨਹੀਂ ਨੁਕਸਾਨ ਲਈ ਆ ਇਹੀ ਚੀਜ਼ ਅਸੀਂ ਐਸਟ੍ਰੋਲੋਜੀ 'ਚ ਦੇਖਦੇ ਹਾਂ ਕਿ ਸਾਡੇ ਲਈ ਜਿਹੜੀ ਓਪਰਚੁਨਿਟੀ ਆ ਰਹੀ ਆ ਇਹ ਫਾਇਦੇ ਲਈ ਆ ਰਹੀ ਆ ਕਿ ਨੁਕਸਾਨ ਲਈ ਆ ਰਹੀ ਆ ਉਹ ਅਸੀਂ ਐਸਟ੍ਰੋਲੋਜੀ 'ਚ ਈਜ਼ੀਲੀ ਇਸ ਚੀਜ਼ ਨੂੰ ਆਈਡੈਂਟੀਫਾਈ ਕਰ ਸਕਦੇ ਹਾਂ ਕਿ ਸਾਡਾ ਫਾਇਦਾ ਹੋ ਰਿਹਾ ਕਿ ਸਾਡਾ ਨੁਕਸਾਨ ਹੋ ਰਿਹਾ ਪਰ ਹਾਂ ਇਹ ਜਦੋਂ ਕਹਿ ਲਓ ਇਸ ਚੀਜ਼ ਦਾ ਸਮਾਂ ਆਉਂਦਾ ਦਸ਼ਾ ਹੁੰਦੀ ਆ ਉਦੋਂ ਇਹ ਚੀਜ਼ਾਂ ਹੈਪਨ ਹੁੰਦੀਆਂ ਨੇ ਪਰ ਅਸੀਂ ਇਹਨੂੰ ਦੇਖ ਸਕਦੇ ਹਾਂ ਕਿ ਸਾਡੇ ਭਲੇ ਲਈ ਹੈ ਜਾਂ ਨੁਕਸਾਨ ਲਈ ਹੈ ਕੋਈ ਬੱਚਾ ਜੌਬ ਨਹੀਂ ਕਰਨਾ ਚਾਹ ਰਿਹਾ ਉਹ ਸਪੋਰਟਸ ਦੇ ਵਿੱਚ ਬਹੁਤ ਅੱਛਾ ਬਹੁਤ ਨਾਮ ਕਰ ਰਿਹਾ ਆਪਣਾ ਅਤੇ ਜੇ ਉਹ ਸਪੋਰਟਸ ਨੂੰ ਹੀ ਆਪਣਾ ਕਰੀਅਰ ਚੁਣਨਾ ਚਾਹੇ ਤਾਂ ਉਹਦੇ ਕਿਹੜੇ ਗ੍ਰਹਿ ਜਿਹੜੇ ਉਹਨੂੰ ਸਪੋਰਟਸ ਦੇ ਵਿੱਚ ਆਪਣਾ ਕਰੀਅਰ ਯੂਜ਼ਫੁੱਲ ਕਰਨ ਦੇ ਵਿੱਚ ਹੈਲਪ ਕਰਨਗੇ ਦੇਖੋ ਸਪੋਰਟਸ ਲਈ ਨਾ ਮਾਰਸ ਬਹੁਤ ਐਕਟੀਵੇਟ ਚਾਹੀਦਾ ਵਾ ਅਤੇ ਮੋਰ ਓਵਰ ਰਾਹੂ ਦਾ ਪ੍ਰਭਾਵ ਬਹੁਤ ਵਧੀਆ ਚਾਹੀਦਾ ਵਾ ਕਿਉਂਕਿ ਰਾਹੂ ਅਸਲ 'ਚ ਕੀ ਕਰਦਾ ਅਟੈਂਟਿਵਨੈਸ ਦਿੰਦਾ ਵਾ ਚਲਾਕੀ ਦਿੰਦਾ ਵਾ ਅਸਲ ਦੇ ਵਿੱਚ ਹਰੇਕ ਚੀਜ਼ ਨੂੰ ਸਡਨਲੀ ਕੋਈ ਵੀ ਚੀਜ਼ ਕਰਨੀ ਮਤਲਬ ਕਿਸੇ ਵੀ ਗੇਮ 'ਚ ਹੋ ਸਕਦੀ ਆ ਜਿਹੜੇ ਬੰਦੇ ਕੋਲ ਖਿਡਾਰੀ ਕੋਲ ਦਿਮਾਗ ਨਹੀਂ ਹੈਗਾ ਉੱਪਰ ਨਹੀਂ ਵੱਧ ਸਕਦਾ ਜ਼ੋਰ ਤਾਂ ਬਥੇਰਿਆਂ ਕੋਲ ਹੁੰਦਾ ਪਰ ਜ਼ੋਰ ਦੀ ਗੇਮ ਦੇ ਵਿੱਚ ਟੈਕਨੀਕ ਚਾਹੀਦੀ ਹੈ ਤੁਹਾਡੇ ਕੋਲ ਕਿ ਜ਼ੋਰ ਨੂੰ ਸਹੀ ਤਰੀਕੇ ਨਾਲ ਤੁਸੀਂ ਕਿੱਦਾਂ ਯੂਜ਼ ਕਰਦੇ ਹੋ ਅਤੇ ਮਾਰਸ ਦਾ ਪ੍ਰਭਾਵ ਵੀ ਚਾਹੀਦਾ ਮੰਗਲ ਗ੍ਰਹਿ ਦਾ ਕਿ ਸੋਲਜਰ ਦੀ ਤਰ੍ਹਾਂ ਲੜੇ ਅਸਲ ਦੇ ਵਿੱਚ ਸੋ ਇਹ ਦੋ ਪਲੈਨਟ ਨੇ ਜਿਹੜੇ ਮੇਜਰਲੀ ਰੋਲ ਪਲੇ ਕਰਦੇ ਨੇ ਇੱਕ ਖਿਡਾਰੀ ਦੇ ਬਣਨ ਦੇ ਵਿੱਚ ਪਰ ਉਹ ਖਿਡਾਰੀ ਸਕਸੈਸਫੁੱਲ ਹੋਊਗਾ ਜਾਂ ਨਹੀਂ ਹੋਊਗਾ ਉਹਦੀ ਦਸ਼ਾ ਨਿਰਧਾਰਤ ਕਰੂਗੀ ਕਿ ਇਹ ਸਿਰਫ ਫੋਰ ਦਾ ਮੀਨ ਟਾਈਮ ਜਾਂ ਟਾਈਮ ਬੀਂਗ ਲਈ ਪਲੇ ਕਰ ਰਿਹਾ ਜਾਂ ਲੰਬਾ ਸਮਾਂ ਲਈ ਪਲੇ ਕਰ ਰਿਹਾ ਜੇ ਉਹਦੀ ਦਸ਼ਾ ਜਿਹੜੀਆਂ ਦਸ਼ਾ ਮੀਨਸ ਅੱਗੇ ਆਉਣ ਵਾਲਾ ਟਾਈਮ ਜਿਹੜਾ ਵਾ ਸਪੋਜ਼ ਉਹ ਨੈਗੇਟਿਵ ਰਿਜ਼ਲਟ ਦੇ ਰਿਹਾ ਫਿਰ ਉਹ ਇਹ ਚੀਜ਼ ਦੱਸੂ ਕਿ ਵੀ ਇਹਦਾ ਜਿਹੜਾ ਨਾ ਜੋ ਇਹ ਫੀਲਡ ਇਹਨੇ ਚੁਣਿਆ ਇਹ ਕੰਟੀਨਿਊਟੀ ਦੇ ਵਿੱਚ ਨਹੀਂ ਰਹਿਣਾ ਇਹ ਟੁੱਟ ਜਾਣਾ ਵਾ ਅਸਲ ਦੇ ਵਿੱਚ ਮਤਲਬ ਇਹਨੂੰ ਫਾਇਦਾ ਨਹੀਂ ਹੋਣਾ ਹੈਗਾ ਸੋ ਉਹ ਚੀਜ਼ ਨੂੰ ਅਸੀਂ ਦੇਖ ਸਕਦੇ ਹਾਂ ਕਿ ਵੀ ਅਸੀਂ ਜਿਹੜੀ ਚੀਜ਼ ਖੇਡਦੇ ਪਏ ਹਾਂ ਜਾਂ ਜਿਹੜੀ ਸਪੋਰਟਸ ਅਸੀਂ ਚੁਣੀ ਆ ਉਹ ਸਾਡੇ ਲੰਬੇ ਸਮੇਂ ਲਈ ਹੈ ਜਾਂ ਘੱਟ ਸਮੇਂ ਲਈ ਹੈ ਉਹ ਅਸੀਂ ਹੋਰੋਸਕੋਪ ਤੋਂ ਦੇਖ ਸਕਦੇ ਹਾਂ ਕਈ ਵਾਰ ਇੱਦਾਂ ਹੁੰਦਾ ਕਿ ਇੱਕ ਬੰਦਾ ਬਹੁਤ ਕੰਮ ਕਰਦਾ ਬਹੁਤ ਮਿਹਨਤ ਕਰਦਾ ਮਤਲਬ ਸਟਾਰਟਿੰਗ ਜਦੋਂ ਉਹ ਕਰੀਅਰ ਸ਼ੁਰੂ ਕਰਦਾ ਮਤਲਬ ਕੋਈ ਨਾ ਕੋਈ ਟ੍ਰੇਡ ਦੇ ਵਿੱਚ ਪੈ ਜਾਂਦਾ ਅਤੇ ਬਹੁਤ ਮਿਹਨਤ ਕਰਦਾ ਪਰ ਉਹਨਾਂ ਪੈਸਾ ਨਹੀਂ ਬਣਾ ਪਾਉਂਦਾ ਅਤੇ ਉਸੇ ਟ੍ਰੇਡ ਦੇ ਵਿੱਚ ਦੂਜਾ ਬੰਦਾ ਕੰਮ ਕਰ ਰਿਹਾ ਉਹ 2-4 ਸਾਲ ਦੇ ਵਿੱਚ ਹੀ ਆਪਣੀ ਕੰਪਨੀ ਖੜੀ ਕਰ ਲੈਂਦਾ ਸਾਰਾ ਕੁਛ ਖੜੀ ਕਰ ਲੈਂਦਾ ਇਹਦੇ ਵਿੱਚ ਕੀ ਮਸਲਾ ਦੇਖੋ ਇਹਦੇ ਵਿੱਚ ਹੁੰਦਾ ਵਾ ਕਿ ਸਾਡੇ ਦੇਖੋ ਮਾਲਕ ਨੇ ਨਾ ਸਾਰਿਆਂ ਨੂੰ ਇੱਕੋ ਜਿਹੇ ਗ੍ਰਹਿ ਦਿੱਤੇ ਨੇ 9 ਗ੍ਰਹਿ ਹਰੇਕ ਦੀ ਮਾਲਕ ਨੇ ਹਰੇਕ ਦੇ ਹੋਰੋਸਕੋਪ 'ਚ ਬੈਠੇ ਨੇ ਇਹਦੇ 'ਚ ਹੁੰਦਾ ਕਿ ਸਾਡੇ ਜਿਹੜੇ ਚੰਗੇ ਗ੍ਰਹਿ ਨੇ ਉਹ ਸਾਨੂੰ ਚੰਗਾ ਰਿਜ਼ਲਟ ਨਹੀਂ ਦੇ ਰਹੇ ਦੇਖੋ ਮਾੜੇ ਜਿਹੜੇ ਨੇ ਸੈਟਰਨ ਹੈਗਾ ਰਾਹੂ ਹੈਗਾ ਕੇਤੂ ਹੈਗਾ ਇਹ 95% ਬੰਦਿਆਂ ਦੇ ਸਾਰਿਆਂ ਦੇ ਮਾੜੇ ਹੁੰਦੇ ਨੇ ਪਰ ਗੱਲ ਕੀ ਆ ਜਦੋਂ ਕਿਸੇ ਦਾ ਚੰਗਾ ਹੁੰਦਾ ਲੋਕ ਫਿਰ ਤਰੱਕੀ ਵੀ ਕਰਦੇ ਨੇ ਗਰੋਥ ਵੀ ਕਰਦੇ ਨੇ ਪਰ ਇਹ ਕੀ ਆ ਜਦੋਂ ਕਿਸੇ ਨਾਲ ਇੱਦਾਂ ਦੀ ਹੁੰਦੀ ਹੈ ਨਾ ਕਿ ਵੀ ਦੂਜੇ ਦੀ ਤਾਂ ਹੋਈ ਜਾਂਦੀ ਸਾਡੀ ਨਹੀਂ ਹੁੰਦੀ ਹੈਗੀ ਤਰੱਕੀ ਜਾਂ ਅਸੀਂ ਉੱਥੇ ਸਟੱਕ ਰਹਿੰਦੇ ਹਾਂ ਜਾਂ ਫੋਰ ਸਮ ਹਾਓ ਅਸੀਂ ਸਾਲਾਂ ਵਧੀ ਅਸੀਂ ਕੰਮ ਕਰਦੇ ਪਏ ਹਾਂ ਪਰ ਬੈਠੇ ਅਸੀਂ ਉੱਥੇ ਹੀ ਹਾਂ ਜਦੋਂ ਜਿੰਨੇ ਅਸੀਂ 5 ਸਾਲ ਜਾਂ 10 ਸਾਲ ਪਿੱਛੇ ਬੈਠੇ ਸੀ ਇਹਦੇ 'ਚ ਅਸੀਂ ਦੇਖਿਆ ਜਾਂਦਾ ਕਿ ਵੀ ਸਾਡੇ ਜਿਹੜੇ ਹੋਰੋਸਕੋਪ ਦੇ ਗ੍ਰਹਿ ਨੇ ਜੁਪੀਟਰ ਆ ਵੀਨਸ ਆ ਮੂਨ ਆ ਮਰਕਰੀ ਆ ਇਹ ਜਿਹੜੇ ਸਾਡੇ ਇਹਨੂੰ ਸ਼ੁੱਭ ਗ੍ਰਹਿ ਮੰਨਿਆ ਜਾਂਦਾ ਬੈਨੀਫਿਕ ਪਲੈਨਟਸ ਕਹਿੰਦੇ ਆ ਇਹਨਾਂ ਦਾ ਕੰਮ ਜਿਹੜਾ ਕਹਿ ਲਓ ਰੱਬ ਨੇ ਕਹਿ ਲਓ ਜਾਂ ਪਰਮਾਤਮਾ ਨੇ ਕਹਿ ਲਓ ਜਿਹੜਾ ਭਾਣਾ ਰਚਿਆ ਹੋਇਆ ਵਾ ਗ੍ਰਹਿਆਂ ਦਾ ਉਹਨਾਂ ਨੇ ਇਹਨਾਂ ਨੂੰ ਬੇਸਿਕਲੀ ਜੋ ਇਹਨਾਂ ਦੀ ਜੌਬ ਕੀ ਆ ਕਿ ਇਹਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਆ ਕੇ ਖੁਸ਼ੀਆਂ ਦੇਣੀਆਂ ਨੇ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਜਾ ਕੇ ਅਬੰਡੈਂਸ ਦੇਣੀ ਹੈਗੀ ਆ ਗਰੋਥ ਦੇਣੀ ਆ ਧਨ ਦੇ ਵਜੋਂ ਦੇਣੀ ਆ ਜਾਂ ਹਰੇਕ ਸੁੱਖ ਸ਼ਾਂਤੀ ਦੇਣੀ ਆ ਇਹਨਾਂ ਹੋਰੋਸਕੋਪ 'ਚ ਜਿਹੜੇ ਸਟਰਗਲਿੰਗ ਹੋਰੋਸਕੋਪ ਹੁੰਦੇ ਆ ਕਿ ਸਾਡੇ ਜਿਹੜੇ ਬੈਨੀਫਿਕ ਪਲੈਨਟ ਨੇ ਸਮ ਹਾਊ ਸਾਨੂੰ ਪੋਜ਼ਿਟਿਵ ਰਿਜ਼ਲਟ ਨਹੀਂ ਦੇ ਰਹੇ ਹੈਗੇ ਉਹਦਾ ਕੋਈ ਵੀ ਰੀਜ਼ਨ ਹੋ ਸਕਦਾ ਉਹ ਕੰਬਸਟ ਹੋਣ ਹੋ ਸਕਦਾ ਉਹ 6th, 8th ਜਾਂ 12th ਹਾਊਸ ਦੇ ਵਿੱਚ ਹੋਣ ਜਾਂ ਉਹਨਾਂ ਦੀ ਡਿਗਰੀਆਂ ਬਹੁਤ ਜ਼ਿਆਦਾ ਹੋਣ ਹੋ ਸਕਦਾ 29 ਡਿਗਰੀ 'ਤੇ ਹੋਵੇ ਹੋ ਸਕਦਾ ਸਾਰੇ 2 ਡਿਗਰੀ 'ਤੇ ਬੈਠੇ ਹੋਣ ਸੋ ਕੋਈ ਵੀ ਰੀਜ਼ਨ ਹੋ ਸਕਦਾ ਪਰ ਰੀਜ਼ਨ ਇਹੀ ਹੁੰਦਾ ਕਿ ਸਾਡੇ ਜਿਹੜੇ ਬੈਨੀਫਿਕ ਪਲੈਨਟ ਨੇ ਚੰਗੇ ਗ੍ਰਹਿ ਨੇ ਉਹ ਸਾਨੂੰ ਰਿਜ਼ਲਟ ਨਹੀਂ ਦੇ ਰਹੇ ਹੁੰਦੇ ਕਿਉਂਕਿ ਆਮ ਤੌਰ 'ਤੇ ਨਹੀਂ ਤਾਂ ਦੇਖਿਆ ਜਾਵੇ ਹਰੇਕ ਬੰਦਾ ਜਿਹੜਾ ਵਾ ਜ਼ਿੰਦਗੀ ਕਿਉਂਕਿ ਜ਼ਿੰਦਗੀ ਦਾ ਮਤਲਬ ਹੀ ਹੈਗਾ ਕਿ ਇਨਸਾਨ ਤਰੱਕੀ ਕਰੇ ਅਸਲ ਦੇ ਵਿੱਚ ਕਿਉਂਕਿ ਜ਼ਿੰਦਗੀ ਬਣੀ ਹੀ ਇਸ ਚੀਜ਼ ਲਈ ਹੈਗੀ ਆ ਕਿ ਆਪਾਂ ਵਿਕਾਸ ਕਰੀਏ ਅਸਲ ਦੇ ਵਿੱਚ ਅਤੇ ਗਰੋਥ ਕਰੀਏ ਅਤੇ ਜੇ ਬੰਦਾ ਕਹਿੰਦਾ ਮੇਰੀ ਨਹੀਂ ਹੋ ਰਹੀ ਇਟ ਮੀਨਸ ਉਹਦੇ ਕਿਤੇ ਨਾ ਕਿਤੇ ਚੰਗੇ ਗ੍ਰਹਿ ਨਹੀਂ ਰਿਜ਼ਲਟ ਦੇ ਰਹੇ ਦੇਖੋ ਮਾੜਿਆਂ ਨੇ ਜੋ ਕਰਨਾ ਉਹਨਾਂ ਨੇ ਤਾਂ ਕਰਨਾ ਹੀ ਕਰਨਾ ਸਾਨੂੰ ਚੰਗਿਆਂ ਨਾ ਵਾਂਗ ਚੰਗੇ ਜਿਹੜੇ ਨੇ ਰਿਜ਼ਲਟ ਦੇਣ ਅਸਲ ਦੇ ਵਿੱਚ ਮੇਨ ਇਹ ਗੱਲ ਹੁੰਦੀ ਹੈ ਅੱਜ ਕੱਲ੍ਹ ਜਿਹੜਾ ਕਰੀਅਰ ਦੇ ਵਿੱਚ ਬੋਲਬਾਲਾ ਉਹ ਆਈ ਟੀ ਸੈਕਟਰ ਦਾ ਬਹੁਤ ਬੋਲਬਾਲਾ ਉਹਦੇ ਵਿੱਚ ਕਿਹੜੇ ਗ੍ਰਹਿ ਨੇ ਜਿਹੜੇ ਤੁਹਾਨੂੰ ਦੇਖੋ ਆਈ ਟੀ ਦਾ ਜੋ ਅੱਜ ਦਾ ਸਮਾਜ ਚੱਲ ਰਿਹਾ ਨਾ ਆਈ ਟੀ ਦਾ ਜੋ ਚੱਲ ਰਿਹਾ ਇਹਨੂੰ ਕੰਪਲੀਟਲੀ ਇਹ ਰਾਹੂ ਚੱਲ ਰਿਹਾ ਵਾ ਮਤਲਬ ਇਲਿਊਜ਼ਨ ਚੱਲਦੀ ਪਈ ਆ ਮਤਲਬ ਜਿਹੜੀਆਂ ਚੀਜ਼ਾਂ ਲੋਕਾਂ ਦੀ ਸਮਝ ਤੋਂ ਬਾਹਰ ਨੇ ਅਸਲ 'ਚ ਜਿਹੜੀਆਂ ਚੀਜ਼ਾਂ ਕੋਈ ਸਮਝ ਨਹੀਂ ਸਕਦਾ ਹੈਗਾ
ਮਤਲਬ ਉਹ ਇਸ ਟਾਈਮ ਪੂਰਾ ਕੰਪਲੀਟਲੀ ਰਾਹੂ ਤੇ ਮਰਕਰੀ ਮਰਕਰੀ ਇਸ ਲਈ ਹੈ ਕਿਉਂਕਿ ਕੈਲਕੂਲੇਟਿਵ ਪਾਵਰ ਹੈਗੀ ਆ ਪਰ ਮੇਨ ਜੋ ਯੁੱਗ ਚੱਲ ਰਿਹਾ ਕਿਉਂਕਿ ਪਰਿਵਰਤਨ ਹੋ ਰਿਹਾ ਹਰੇਕ ਚੀਜ਼ ਦਾ ਸੋ ਮੇਨ ਇਹ ਰਾਹੂ ਦਾ ਯੁੱਗ ਚੱਲ ਰਿਹਾ ਜੋ ਇਹ ਜੋ ਵੀ ਚੀਜ਼ਾਂ ਵਰਲਡ ਦੇ ਵਿੱਚ ਔਕਰ ਹੋ ਰਹੀਆਂ ਸੋ ਇਹਨੂੰ ਨਵਾਂ ਯੁੱਗ ਕਹਿ ਲਓ ਜਿਹੜਾ ਚੀਜ਼ ਚੱਲਦਾ ਰਾਹੂ ਦੇ ਅੰਡਰ ਹੋ ਰਹੀਆਂ ਜਿੱਦਾਂ ਵੱਡੇ ਵੱਡੇ ਕਾਰਪੋਰੇਟਸ ਨੇ ਇਹ ਸੁੰਦਰ ਪਿਚਾਈ ਹੋ ਗਿਆ ਅੰਬਾਨੀ ਅਡਾਨੀ ਇਹ ਜਿੰਨੇ ਵੀ ਨੇ ਇਹਨਾਂ ਦੇ ਇੱਦਾਂ ਦੇ ਕਿਹੜੇ ਗ੍ਰਹਿ ਨੇ ਜਿਹੜੇ ਇਹਨਾਂ ਇਹਨਾਂ ਨੇ ਬਿਜ਼ਨਸ ਐਮਪਾਇਰ ਖੜੇ ਕਰ ਲਏ ਨੇ ਦੇਖੋ ਇਹਨਾਂ ਦੇ ਜਿਹੜੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਬੈਨੀਫਿਟ ਜਿਹੜੇ ਪਲੈਨਟ ਹੁੰਦੇ ਨੇ ਇਹ ਸਾਡੀ ਜ਼ਿੰਦਗੀ 'ਚ ਇਸ ਲਈ ਆਏ ਨੇ ਮਾਲਕ ਨੇ ਇਸ ਲਈ ਇਹਨਾਂ ਨੂੰ ਦਿੱਤਾ ਵਾ ਕਿ ਜ਼ਿੰਦਗੀ 'ਚ ਲੋਕਾਂ ਦੇ ਜਾ ਕੇ ਖੁਸ਼ੀਆਂ ਦਿਓ ਜੋ ਵੀ ਕਿਸੇ ਦੀ ਧਨ ਦੌਲਤ ਦੀ ਹੋ ਸਕਦੀ ਹੈ ਬੱਚਿਆਂ ਦੀ ਖੁਸ਼ੀ ਹੋ ਸਕਦੀ ਘਰ ਬਾਰ ਦੀ ਖੁਸ਼ੀ ਹੋ ਸਕਦੀ ਆ ਜਿਹੜੇ ਹੁਣ ਵੱਡੇ ਵੱਡੇ ਕਾਰਪੋਰੇਟਸ ਹੁੰਦੇ ਆ ਇਹਨਾਂ ਦੇ ਅਸਲ ਦੇ ਵਿੱਚ ਜਿੱਦਾਂ ਆਪਾਂ ਸਟਾਰਟਿੰਗ 'ਚ ਮੈਂ ਤੁਹਾਨੂੰ ਦੱਸਿਆ ਸੀ ਨਾ ਹਾਊਸਿਸ ਦਾ ਰਿਜ਼ਲਟ ਹੁੰਦਾ ਵਾ ਇਹਨਾਂ ਦੇ ਜਿਹੜੇ ਹੁਣ 9 ਦੇ 9 ਗ੍ਰਹਿ ਹੋਣਗੇ ਪਹਿਲੀ ਤਾਂ ਗੱਲ ਇਹਨਾਂ ਦਾ ਰਾਹੂ ਬਹੁਤ ਟੌਪ ਦਾ ਹੋਊਗਾ ਜੇ ਕੋਈ ਵੱਡਾ ਕਾਰਪੋਰੇਟ ਵਰਲਡ ਦਾ ਕਿਉਂਕਿ ਜਿਹੜਾ ਇਸ ਕਲਯੁੱਗ ਦੇ ਵਿੱਚ ਰਾਹੂ ਦਾ ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਆ ਜੇ ਕਿਸੇ ਦਾ ਰਾਹੂ ਪੋਜ਼ਿਟਿਵ ਨਹੀਂ ਬਾਕੀ ਚਾਹੇ ਜਿੰਨੇ 8 ਦੇ 8 ਗ੍ਰਹਿ ਜ਼ੋਰ ਲਾ ਲੈਣ ਰਾਹੂ ਤੋਂ ਵੱਡਾ ਕਿਉਂਕਿ ਰਾਹੂ ਐਕਸਪੈਂਸ਼ਨ ਦਿੰਦਾ ਵਾ ਅਤੇ ਰਾਹੂ ਜਿੰਨੀ ਐਕਸਪੈਂਸ਼ਨ ਕੋਈ ਦੇ ਨਹੀਂ ਸਕਦਾ ਹੈਗਾ ਕਿਉਂਕਿ ਉਹ ਜਿੰਨੀ ਐਕਸਪੈਂਸ਼ਨ ਉਹ ਦੇ ਸਕਦਾ ਕਿਸੇ ਵੀ ਗ੍ਰਹਿ ਦੇ ਰਿਜ਼ਲਟ ਨੂੰ ਮਤਲਬ 10 ਗੁਣਾ 20 ਗੁਣਾ ਕਰਨ ਦੀ ਤਾਕਤ ਸਿਰਫ ਰਾਹੂ ਕੋਲ ਆ ਸੋ ਮੀਨਸ ਰਾਹੂ ਤਾਂ ਪੱਕਾ ਹੀ ਉਹਨਾਂ ਦਾ ਪੋਜ਼ਿਟਿਵ ਹੁੰਦਾ ਪਹਿਲੀ ਗੱਲ ਇਹ ਹੁੰਦੀ ਆ ਦੂਸਰੀ ਗੱਲ ਕੀ ਆ ਉਹਨਾਂ ਦੇ ਮਜੋਰਿਟੀ ਆਫ ਪਲੈਨਟਸ ਜਿਹੜੇ ਨੇ ਫਸਟ ਹਾਊਸ 7th ਹਾਊਸ 10th ਹਾਊਸ ਅਤੇ 11th ਹਾਊਸ ਦਾ ਰਿਜ਼ਲਟ ਦੇ ਰਹੇ ਹੁੰਦੇ ਆ ਮਜੋਰਿਟੀ ਆਫ ਪਲੈਨਟਸ ਸੋ ਇਸ ਦੀ ਵਜ੍ਹਾ ਕਰਕੇ ਉਹ ਡੋਮੀਨੇਟਿੰਗ ਹੋ ਜਾਂਦਾ ਬੇਸਿਕਲੀ ਉਹਨਾਂ ਦੇ ਜਿਹੜੀਆਂ ਦਸ਼ਾਵਾਂ ਜਿਹੜਾ ਟਾਈਮ ਪੀਰੀਅਡ ਹੁੰਦਾ ਉਹਨਾਂ ਹਾਊਸਿਸ ਦਾ ਚੱਲਦਾ ਹੁੰਦਾ ਵਾ ਸੋ ਇਸ ਕਰਕੇ ਉਹ ਜ਼ਿਆਦਾ ਡੋਮੀਨੇਟਿੰਗ ਰਹਿੰਦੇ ਹੁੰਦੇ ਆ ਅਤੇ ਮੋਰਓਵਰ ਜਿਹੜਾ ਰਾਹੂ ਦਾ ਰਿਜ਼ਲਟ ਵੀ ਹੁੰਦਾ 10th ਹਾਊਸ ਜਾਂ 11th ਹਾਊਸ ਦਾ ਰਾਹੂ ਹੁੰਦਾ ਵਾ ਸੋ ਉਹ ਜ਼ਿਆਦਾ ਤਰੱਕੀ ਕਰਦੇ ਨੇ ਇਸ ਕਰਕੇ ਓਕੇ ਇੱਕ ਹੋਰ ਗੱਲ ਆਉਂਦੀ ਹੈ ਕਿ ਜਿੱਦਾਂ ਟਰੈਕਿੰਗ ਵੀ ਹੈਗੀ ਹੈ ਇਹ ਕਿੰਨਾ ਵਾਸਤੇ ਸੂਟੇਬਲ ਹੋਊਗੀ ਟਰੈਕਿੰਗ ਸਿਰਫ ਉਹ ਬੰਦਾ ਕਰ ਸਕਦਾ ਜਿਹਦਾ ਸੈਟਰਨ ਸ਼ਨੀ ਗ੍ਰਹਿ ਚੰਗਾ ਹੈਗਾ ਵਾ ਜੇ ਕਿਸੇ ਦਾ ਸ਼ਨੀ ਗ੍ਰਹਿ ਚੰਗਾ ਨਹੀਂ ਹੈਗਾ ਉਹਨੂੰ ਟਰੈਕਿੰਗ ਨਹੀਂ ਸੂਟ ਬਹਿ ਸਕਦੀ ਪਰ ਹਾਂ ਇੱਕ ਗੱਲ ਆ ਜਿਹਨੂੰ ਸੂਟ ਬਹਿ ਰਹੀ ਆ ਨਾ ਫਿਰ ਉਹਦੇ ਲਈ ਬਹੁਤ ਜ਼ਿਆਦਾ ਸੂਟੇਬਲ ਹੁੰਦੀ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਜੇ ਸੂਟ ਬਹਿ ਜਾਵੇ ਤਾਂ ਜਿਹੜੇ 4-5 ਸਾਲਾਂ 'ਚ 150-200 ਟਰੱਕ ਵੀ ਹੋ ਜਾਂਦੇ ਨੇ ਜੇ ਨਾ ਸੂਟ ਬੈਠੇ ਤਾਂ ਚਾਹੇ ਜਿਹੜਾ ਇੱਕ ਟਰੱਕ ਲੈ ਕੇ ਬੈਠਾ 10 ਸਾਲਾਂ 'ਚ ਇੱਕ ਹੀ ਹੁੰਦਾ ਉਸ ਕੋਲ ਉਹ ਵੀ ਮਸਾਂ 10 ਸਾਲਾਂ ਬਾਅਦ ਇਹੀ ਕਹਿੰਦਾ ਇਹਦੀ ਕਿਸ਼ਤ ਨਹੀਂ ਭਰੀ ਜਾਂਦੀ ਸੋ ਇਹ ਸਿਰਫ ਇਹ ਆ ਕਿ ਤੁਹਾਡਾ ਨਾ ਸੂਟੇਬਿਲਿਟੀ ਚਾਹੀਦੀ ਆ ਕਿ ਪਲੈਨਟ ਸੈਟਰਨ ਤੁਹਾਡਾ ਪੋਜ਼ਿਟਿਵ ਹੈ ਜਾਂ ਨਹੀਂ ਹੈ ਜੇ ਉਹ ਕਈ ਵਾਰੀ ਜ਼ਰੂਰੀ ਨਹੀਂ ਹੁੰਦਾ ਕਿ ਨੈਗੇਟਿਵ ਹੀ ਕਰਦਾ ਹੁੰਦਾ ਵਾ ਸੈਟਰਨ ਕਈ ਵਾਰੀ ਪਲੈਨਟ ਦੇ ਵਿੱਚ ਡਿਗਰੀ ਨਹੀਂ ਹੁੰਦੀ ਬਲ ਕਹਿੰਦੇ ਆ ਉਹਨੂੰ ਸਟਰੈਂਥ ਕਹਿੰਦੇ ਆ ਕਈ ਵਾਰੀ ਪਲੈਨਟ ਹੁੰਦਾ 5 ਡਿਗਰੀ ਤੋਂ ਥੱਲੇ ਹੁੰਦਾ ਉਹਨੂੰ ਕਹਿੰਦੇ ਬਾਲ ਅਵਸਥਾ ਹੈਗੀ ਆ ਮੀਨਸ ਜਿਹਦਾ ਛੋਟਾ ਬੱਚਾ ਹੁੰਦਾ ਉਹ ਸਟਰੈਂਥ ਨਹੀਂ ਹੈਗੀ ਕਿ ਸਾਨੂੰ ਦੇ ਸਕੇ ਰਿਜ਼ਲਟ ਇੱਕ ਹੁੰਦਾ 25 ਡਿਗਰੀ ਤੋਂ ਉੱਪਰ ਪਲੈਨਟ ਚਲੇ ਜਾਣਾ ਉਹਨੂੰ ਕਹਿੰਦੇ ਬਿਰਧ ਅਵਸਥਾ ਮੀਨਸ ਉਹ ਓਲਡ ਏਜ 'ਤੇ ਜਾ ਚੁੱਕਿਆ ਵਾ ਉਹ ਉੱਨੀ ਸਾਨੂੰ ਸਟਰੈਂਥ ਨਹੀਂ ਦੇ ਸਕਦਾ ਜਿੰਨਾ ਸਾਨੂੰ ਰਿਜ਼ਲਟ ਚਾਹੀਦਾ ਸੋ ਉਹਨਾਂ ਸਟੇਜ ਦੇ ਵਿੱਚ ਕੀ ਚਾਹੀਦਾ ਵਾ ਪਲੈਨਟ ਨੂੰ ਸਟਰੈਂਥ ਦੇਈਦੀ ਅਸਲ ਦੇ ਵਿੱਚ ਕਿ ਆ ਕੇ ਸਾਨੂੰ ਰਿਜ਼ਲਟ ਦੇ ਸੋ ਇਹ ਜ਼ਰੂਰੀ ਨਹੀਂ ਕਿਸੇ ਦਾ ਸਾਰਿਆਂ ਦੇ ਸ਼ਨੀ ਮਾੜਾ ਹੁੰਦਾ ਵਾ ਸੋ ਮੇਨ ਕੀ ਹੁੰਦਾ ਕਈ ਵਾਰੀ ਸਟਰੈਂਥ ਨਹੀਂ ਹੁੰਦੀ ਅਸਲ 'ਚ ਪਲੈਨਟ ਕੋਲ ਕਿ ਤੁਹਾਨੂੰ ਰਿਜ਼ਲਟ ਦੇ ਸਕੇ ਸੋ ਸਿਰਫ ਕਈ ਵਾਰੀ ਸਟਰੈਂਥ ਦੀ ਲੋੜ ਹੁੰਦੀ ਆ ਅਤੇ ਪਲੈਨਟ ਠੀਕ ਹੋਣਾ ਸ਼ੁਰੂ ਹੋ ਜਾਂਦਾ ਬੰਦੇ ਦਾ ਇੱਕ ਮੇਰਾ ਸਵਾਲ ਇਹ ਵੀ ਹੈ ਕਿ ਜਿੱਦਾਂ ਕੋਈ ਬੱਚਾ ਇੰਡੀਆ ਤੋਂ ਜਾਂ ਕਿਤੋਂ ਵੀ ਕੈਨੇਡਾ ਆ ਜਾਂਦਾ ਜਾਂ ਕਿਤੇ ਵੀ ਬਾਹਰ ਆ ਜਾਂਦਾ ਆਉਣ ਤੋਂ ਬਾਅਦ ਉਹ ਇੱਥੇ ਮਿਹਨਤ ਕਰਦਾ ਇੰਨਾ ਨਹੀਂ ਕਰ ਪਾਉਂਦਾ ਮਤਲਬ ਨਹੀਂ ਪੈਸੇ ਬਣਾ ਪਾਉਂਦਾ ਦੂਜਾ ਬੰਦਾ ਇੱਕ ਜਿਹੜਾ ਇੰਡੀਆ ਦੇ ਵਿੱਚ ਹੈਗਾ ਜਾਂ ਹੋਰ ਕਿਤੇ ਵੀ ਹੈਗਾ ਉਹ ਉੱਥੇ ਤਾਂ ਉਹਨਾਂ ਨਹੀਂ ਬਣਾ ਪਾ ਰਿਹਾ ਪਰ ਜੇ ਇੱਥੇ ਆ ਜਾਵੇ ਤਾਂ ਬਹੁਤ ਬਣਾ ਸਕਦਾ ਇਹਦੇ ਵਿੱਚ ਕੀ ਫਰਕ ਹੈ ਦੇਖੋ ਇਹਦੇ ਵਿੱਚ ਕੀ ਹੁੰਦਾ ਵਾ ਜਿਹੜਾ 12th ਹਾਊਸ ਹੁੰਦਾ ਵਾ 12ਵਾਂ ਘਰ ਹੁੰਦਾ ਵਾ ਇਹ ਬਹੁਤ ਵੱਡਾ ਰੋਲ ਪਲੇ ਕਰਦਾ ਵਾ 12ਵਾਂ ਘਰ ਜਿੱਦਾਂ ਵੈਸੇ ਪਹਿਲੀ ਜਿਹੜੀ ਪੁਰਾਣੀ ਜੋਤਿਸ਼ ਹੁੰਦੀ ਸੀਗੀ ਉਹਦੇ 'ਚ 12ਵਾਂ ਘਰ ਚੰਗਾ ਨਹੀਂ ਮੰਨਦੇ ਸੀਗੇ ਇਹਨੂੰ ਫੋਰਨ ਲੈਂਡ ਕਹਿੰਦੇ ਸੀਗੇ ਫੋਰਨ ਲੈਂਡ ਵੈਸੇ ਬਾਹਰ ਚੱਲੇ ਜਾਣਾ ਚੰਗਾ ਨਹੀਂ ਹੁੰਦਾ ਸੀ ਪਹਿਲਾਂ ਦੇ ਜ਼ਮਾਨੇ 'ਚ ਪਰ ਅੱਜ ਦੇ ਜ਼ਮਾਨੇ 'ਚ ਚੰਗਾ ਮੰਨਿਆ ਜਾਂਦਾ ਸੋ 12ਵਾਂ ਘਰ ਜਿੰਨਾ ਜ਼ਿਆਦਾ ਸਟਰੋਂਗ ਅਤੇ ਪੋਜ਼ਿਟਿਵ ਰਿਜ਼ਲਟ ਦਊਗਾ ਉਨਾ ਹੀ ਹੁੰਦਾ ਹੈ ਕਿ ਸਾਨੂੰ ਜਿਹੜਾ ਸਾਡੀ ਸੈਟਲਮੈਂਟ ਹੈਗੀ ਆ ਸਾਡੀ ਜਿਹੜੀ ਬਾਹਰ ਦੀ ਧਰਤੀ 'ਤੇ ਆ ਕਿੰਨੀ ਚੰਗੀ ਤਰ੍ਹਾਂ ਹੋਣੀ ਆ ਉਹ ਸਾਡਾ 12th ਹਾਊਸ ਡਿਸਾਈਡ ਕਰੂਗਾ ਜੇ ਸਾਡਾ 12th ਹਾਊਸ ਡਿਸਟਰਬਡ ਹੈਗਾ ਵਾ ਫਿਰ ਕੀ ਹੈ ਜਿਹੜੀ ਫੋਰਨ ਲੈਂਡ 'ਤੇ ਅਸੀਂ ਆ ਰਹੇ ਹਾਂ ਉਹ ਸਾਨੂੰ ਸੂਟੇਬਲ ਨਹੀਂ ਰਹਿਣੀ ਹੈਗੀ ਉਹਦੇ 'ਚ ਫਿਰ ਕੀ ਆ ਉਹ ਸਾਡੇ ਪੈਰ ਪੰਜਾਬੀ 'ਚ ਕਹਿੰਦੇ ਪੈਰ ਨਹੀਂ ਲੱਗਣੇ ਸਾਡੇ ਤਾਂ ਜੇ ਸਾਡਾ 12th ਹਾਊਸ
ਪੋਜ਼ਿਟਿਵ ਰਿਜ਼ਲਟ ਦੇ ਰਿਹਾ ਵਾ ਇਹੋ ਜਿਹੇ ਬੰਦੇ ਨੂੰ ਫਿਰ ਕੀ ਹੈ ਜਿਹੜਾ ਬੰਦਾ ਕਹਿ ਲਓ ਇੰਡੀਆ ਜਾਂ ਪੁਰਾਣੇ ਆਪਦੇ ਜਿੱਥੇ ਵੀ ਉਹਨਾਂ ਦੀ ਮਦਰ ਜਿੱਥੇ ਵੀ ਜਨਮ ਹੋਇਆ ਹੈਗਾ ਵਾ ਲੈਂਡ ਆ ਉੱਥੇ ਕੀ ਆ ਉੱਥੇ ਨਹੀਂ ਚੰਗਾ ਕਰਦੇ ਬਾਹਰ ਆ ਕੇ ਬਹੁਤ ਵਧੀਆ ਕਰਦੇ ਆ ਕਿਉਂਕਿ 12th ਹਾਊਸ ਸਟਰੋਂਗ ਬਹੁਤ ਹੁੰਦਾ ਵਾ 12th ਹਾਊਸ ਸੈਟਲਮੈਂਟ ਕਰਾਉਂਦਾ ਹੁੰਦਾ ਕਿ ਇੱਥੇ ਆ ਕੇ ਇਸ ਬੰਦੇ ਨੂੰ ਗੇਨ ਆਉਣਾ ਵਾ ਸੋ ਇਸ ਲਈ 12th ਹਾਊਸ ਇੱਥੇ ਰੋਲ ਬੜਾ ਵਧੀਆ ਪਲੇ ਕਰਦਾ ਵਾ ਇਹ ਫਿਰ ਇਹਨਾਂ ਦੇ ਖਰਚੇ ਵੀ ਐਕਚੁਅਲੀ ਬਹੁਤ ਹੁੰਦੇ ਆ ਜਿਹੜਾ ਜਿਹਦੇ ਨਾਲ 12th ਹਾਊਸ ਐਕਟੀਵੇਟ ਹੁੰਦਾ ਪਰ ਖਰਚੇ ਵੀ ਇਨ ਅਦਰ ਸੈਂਸ ਇੱਕ ਇਹਨੂੰ ਪੋਜ਼ਿਟਿਵ ਮੰਨਿਆ ਜਾਂਦਾ ਖਰਚੇ ਵੀ ਉਹੀ ਕਰਦਾ ਜਿਹਦੇ ਕੋਲ ਪੈਸੇ ਹੁੰਦੇ ਨੇ ਸੋ ਇਹਨੂੰ ਮਾੜਾ ਨਹੀਂ ਮੰਨਣਾ ਕਈ ਵਾਰੀ ਲੋਕ ਕਹਿੰਦੇ ਸਾਡੇ ਖਰਚੇ ਬਹੁਤ ਹੁੰਦੇ ਨੇ ਪਰ ਇਹ ਗੱਲ ਇਹ ਵੀ ਖਰਚੇ ਵੀ ਉਹਦੇ ਹੀ ਹੋਣੇ ਜਿਹਦੇ ਕੋਲ ਪੈਸੇ ਹੈਗੇ ਆ ਸੋ 12th ਹਾਊਸ ਨੂੰ ਪੋਜ਼ਿਟਿਵ ਕਰਨਾ ਵੀ ਚੰਗਾ ਹੈਗਾ ਵਾ ਜੇ 12th ਹਾਊਸ ਤੁਹਾਡਾ ਚੰਗਾ ਹੈਗਾ ਵਾ ਜਿੰਨੇ ਪੈਸੇ ਆਉਣਗੇ ਓਬਵੀਅਸਲੀ ਇਨਕਮ ਵੀ ਤੁਹਾਡੀ ਵਧੂਗੀ ਉਹਦਾ ਚੰਗਾ ਰਿਜ਼ਲਟ ਆਉਣਾ ਸ਼ੁਰੂ ਹੁੰਦਾ ਵਾ ਸੋ ਦਰਸ਼ਕੋ ਇਹ ਸੀਗੇ ਸਤਿੰਦਰ ਜੀ ਜਿਨ੍ਹਾਂ ਨੇ ਅੱਜ ਸਾਨੂੰ ਕਰੀਅਰ ਪੈਥ ਦੇ ਬਾਰੇ ਦੱਸਿਆ ਕਿ ਕਿੱਧਰ ਨੂੰ ਜਾਣਾ ਚਾਹੀਦਾ ਕਿਹੜੇ ਹੋਰੋਸਕੋਪ ਵਿੱਚ ਕਿਹੜੇ ਗ੍ਰਹਿ ਹੁੰਦੇ ਨੇ ਜਿਹੜੇ ਤੁਹਾਨੂੰ ਪ੍ਰੋਪਰ ਪੈਥ 'ਤੇ ਲੈ ਕੇ ਜਾਂਦੇ ਨੇ ਪ੍ਰੋਪਰ ਕਰੀਅਰ ਵੱਲ ਲੈ ਕੇ ਜਾਂਦੇ ਨੇ ਸੋ ਤੁਸੀਂ ਵੀ ਆਪਣਾ ਹੋਰੋਸਕੋਪ ਦਿਖਾਓ ਜੇ ਆਪਣੇ ਬੱਚੇ ਦਾ ਦਿਖਾਉਣਾ ਚਾਹੁੰਦੇ ਹੋ ਅਤੇ ਜੇ ਤੁਹਾਨੂੰ ਹੋਰ ਵੀ ਕੋਈ ਸ਼ੰਕਾ ਹੈ ਤਾਂ ਸਤਿੰਦਰ ਜੀ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ ਇਹਨਾਂ ਦਾ ਨੰਬਰ ਥੱਲੇ ਸਕਰੀਨ 'ਤੇ ਚੱਲ ਰਿਹਾ ਹੈ ਸੋ ਇਹ ਸੀਗੇ ਸਤਿੰਦਰ ਜੀ ਧੰਨਵਾਦ ਸਤਿੰਦਰ ਜੀ ਤੁਹਾਡਾ ਬਹੁਤ ਬਹੁਤ ਸੋ ਅਗਲੇ ਹਫ਼ਤੇ ਇੱਕ ਵਾਰ ਫਿਰ ਮਿਲਾਂਗੇ ਤੁਹਾਡੇ ਨਾਲ ਕੋਈ ਨਵੀਂ ਚੀਜ਼ ਲੈ ਕੇ ਸੋ ਜਦ ਤੱਕ ਦੇ ਲਈ ਧੰਨਵਾਦ